संसार महापुरुषों तो संत महात्मा तो कदे खाली नहीं रहा। वो परमात्मा सदा ही अपनी जानकारी देने वास्ते इस मंडल दे उत्ते कदे किसी महात्मा का तन धर के आउंदा है, कदे किसी महात्मा का शरीर करके, कदे कबीर नाम पिया, कदे नानक पिया, और उसे महान ताकत का नाम कदे सावण पिया। जिन्हां दे उच्चे भाग हुंदे है वो उन्हां महात्मा तो उन्हां हस्तियां तो फायदा उठा लेंदे है। बाकी जितने भी असी जीव हुन्ने आ दुनिया दे उस सोचा सोचते ही रह जाने हाँ। जब दुनिया नाम शब्द का रस्ता छड़ जाती है, सिर्फ रीति रिवाज नाल ही उस परमात्मा नूं मिलना चाहती है, कर्म कांड नाल ही मिलना चाहती है, और उन्हां महात्मा दी जो लेखनियां हुंदियां हन पवित्र हिरदे दे अंदरों जो आवाज आई हुंदी है आम जीवां दे फायदे वास्ते, असी उन्हूं मजबूता रूप समाज दा रूप दे दिंदे हैं। जिन्हां महात्मा दा उपदेश कुल कायनात कुल दुनिया वास्ते हुंदा है उन्हूं असी किसे खास प्रांतां दे अंदर, सूबियां दे अंदर और कौमां दे अंदर बंद करदे हैं। तुसी सोच के देख लो, फिर असी उन्हां महात्मा दे महापुरशां दे अपने आप नूं पैरोकार कहाउंदे हैं। ये भी दावा करदे हैं कि असली मायने च असी ही उन्हां नूं मन रहे हैं। नहीं, सच्चाई प्यारिओ इस दे उल्ट है। उन्हां महात्मा नूं उही मनदा है जिहड़ा उन्हां दी बाणी ते उन्हां दे दसे होए उपदेश दे उत्ते अमल करदा है, उन्हूं अपने अमल विच लिआउंदा है। महात्मा सानूं दसदे है कि इह धर्म ग्रंथ, धर्म पुस्तकां जां साडे वेद शास्त्र क्यों महात्मा ने लिखे, कादे वास्ते लिखे, ते एक किस्म दा एक मील पत्थर है साडे रूहानी सफर नूं दसदा है। उन्हां महात्मा ने मेहनतां कीतियां, रातां जागियां और कठिन तो कठिन कालना काली, भुख प्यास कट्टी और अपने जीवन काल दे अंदर परमात्मा नूं आप दे अंदर प्रगट कीता, वसाल कीता। जिस तरीके और साधन दे नाल वो परमात्मा नूं मिले, जिथों मिलिया वो उन्होंने अपने धर्म ग्रंथां दे अंदर दर्ज कर दिता कि वो परमात्मा बाहर नहीं, ये सच्चाई है। अगर बाहर उन्होंने मिलिया हुंदा तो बाहर जरूर लिख देंदे। किसी महात्मा की बाणी तुसी समाजां तो उपर उठ के पढ़ के देख लो, सारे महात्मा ये दसते है। जिस परमात्मा नूं ਦੇ ਤੁਹਾਡੇ ਜਿਸ ਪਰਮਾਤਮਾ ਨੂੰ ਤੁਸੀਂ ਦਿਨ ਰਾਤ ਖੋਜ ਰਹੇ ਹੋ, ਉਹ ਨਾ ਤੁਹਾਨੂੰ ਪਹਾੜਾਂ ਤੋਂ ਮਿਲੇ, ਨਾ ਸਮੁੰਦਰ ਦੀਆਂ ਤਹਿਆਂ ਚੋਂ ਮਿਲੇ। ਬੇਸ਼ੱਕ ਉਹਦੇ ਰਹਿਣ ਵਾਸਤੇ ਤੁਸੀਂ ਜਿੰਨੀ ਮਰਜ਼ੀ ਅੱਛੀ ਤੋਂ ਅੱਛੀ ਜਗ੍ਹਾ ਬਣਾ ਲਓ, ਜਿੰਨੀ ਮਰਜ਼ੀ ਉਹਦੀ ਸਫਾਈ ਕਰ ਲਓ, ਲੇਕਿਨ ਉਹ ਪਰਮਾਤਮਾ ਆਪਣਾ ਮੰਦਰ ਖੁਦ ਬਣਾ ਕੇ ਉਹਦੇ ਅੰਦਰ ਬੈਠਾ ਹੋਇਆ ਹੈ। ਅਗਰ ਤੁਸੀਂ ਇਸ ਮੰਦਰ ਦੇ ਅੰਦਰ ਦਾਖਲ ਹੋ, ਇਹਨੂੰ ਪਵਿੱਤਰ ਕਰੋ, ਤਦ ਹੀ ਤੁਸੀਂ ਉਸ ਪਰਮਾਤਮਾ ਨੂੰ ਮਿਲ ਸਕਦੇ ਹੋ। ਦਸਾਂ ਗੁਰੂ ਸਾਹਿਬਾਨਾਂ ਨੇ ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਵੱਧ ਤੋਂ ਵੱਧ ਬਹੁਤ ਸਾਰੇ ਕਸ਼ਟ ਚੱਲਦੇ ਹੋਇਆਂ ਸੁਰਤ ਸ਼ਬਦ ਦਾ ਅਭਿਆਸ ਸਾਨੂੰ ਜੀਵਾਂ ਨੂੰ ਦੱਸਿਆ। ਸੁਰਤ ਸ਼ਬਦ ਤੋਂ ਬਾਅਦ ਭਾਵ ਆਤਮਾ ਦਾ ਪਰਮਾਤਮਾ ਨਾਲ ਜੋੜ ਹੈ, ਆਤਮਾ ਵੀ ਸਾਡੇ ਅੰਦਰ ਹੈ, ਪਰਮਾਤਮਾ ਵੀ ਸਾਡੇ ਅੰਦਰ ਹੈ, ਲੇਕਿਨ ਸਾਡਾ ਉਹਦੇ ਨਾਲ ਕੰਟੈਕਟ ਨਹੀਂ, ਜੁੜੇ ਹੋਏ ਨਹੀਂ। ਜਦ ਲੋਕ
ਭੁੱਲ ਗਏ ਉਹ ਸੁਰਤ ਸ਼ਬਦ ਅਭਿਆਸ ਨੂੰ, ਗੁਰੂ ਨਾਨਕ ਕਬੀਰ ਦੀ ਤਾਲੀਮ ਨੂੰ। ਉਹਨਾਂ ਦੀ ਤਾਲੀਮ ਨੂੰ ਤਾਜ਼ੀ ਕਰਨ ਵਾਸਤੇ ਉਹ ਪਰਮਾਤਮਾ ਬਾਬਾ ਸਾਵਣ ਸਿੰਘ ਦਾ ਤਨ ਧਾਰ ਕੇ ਇਹ ਸੰਸਾਰ ਵਿੱਚ ਆਇਆ। ਕੋਈ ਮਹਾਤਮਾ ਸਾਨੂੰ ਨਵੀਂ ਚੀਜ਼ ਨਹੀਂ ਦੱਸਦਾ ਗਾ, ਉਹ ਸਾਨੂੰ ਦੱਸਦੇ ਹੈ ਕਿ ਈਸ਼ਵਰ ਦਾ, ਪਰਮਾਤਮਾ ਦਾ ਜੋ ਰਸਤਾ ਹੈ ਉਹ ਕਿਸੇ ਇਨਸਾਨ ਦਾ ਬਣਾਇਆ ਹੋਇਆ ਨਹੀਂ। ਉਹ ਪਰਮਾਤਮਾ ਨੇ, ਈਸ਼ਵਰ ਨੇ ਖੁਦ ਹੀ ਆਪਣੇ ਮਿਲਣ ਦਾ ਬਣਾਇਆ ਹੈ। ਕੋਈ ਉਸਨੂੰ ਵਧਾ ਨਹੀਂ ਸਕਦਾ, ਕੋਈ ਘਟਾ ਨਹੀਂ ਸਕਦਾ, ਕੋਈ ਕਮੀ ਜਾਂ ਯਾਦੀ ਨਹੀਂ ਕਰ ਸਕਦਾ। ਉਹ ਉਤਨਾ ਹੀ ਪੁਰਾਣਾ ਹੈ ਜਿਤਨਾ ਕਿ ਇਨਸਾਨ ਪੁਰਾਣਾ ਹੈ। ਔਰ ਸੰਤ ਮਹਾਤਮਾ ਸਾਨੂੰ ਕਿਸੇ ਸਮਾਜ ਦੇ ਨਾਲ ਬੰਨਣ ਵਾਸਤੇ ਨਹੀਂ ਆਉਂਦੇ, ਨਾ ਮਹਾਤਮਾ ਕੋਈ ਸਮਾਜ ਬਣਾਉਂਦੇ ਹੈ, ਨਾ ਕੋਈ ਪਹਿਲੀ ਬਣੀ ਤੋੜਦੇ ਹਨ। ਉਹ ਸਾਨੂੰ ਪਰਮਾਤਮਾ ਦੇ ਨਾਲ ਜੋੜਨ ਵਾਸਤੇ ਆਉਂਦੇ ਹੈ। ਉਹ ਦੱਸਦੇ ਹੈ ਕਿ ਦੇਖੋ ਪਿਆਰਿਓ, ਆਪੋ ਆਪਣਾ ਤੁਸੀਂ ਰੀਤੀ ਰਿਵਾਜ ਕਰਦੇ ਹੋਏ, ਸਮਾਜ ਦੇ ਨਿਯਮ ਪਾਲਦੇ ਹੋਏ ਤੁਸੀਂ ਆਪਣਾ ਅਭਿਆਸ ਕਰ ਸਕਦੇ ਹੋ ਸੁਰਤ ਸ਼ਬਦ ਯੋਗ ਦਾ, ਔਰ ਪਰਮਾਤਮਾ ਨੂੰ ਤੁਸੀਂ ਆਪਣੇ ਅੰਦਰੋਂ ਹੀ ਪਾ ਸਕਦੇ ਹੋ। ਤੋ ਮਹਾਰਾਜ ਸਾਵਣ ਸਿੰਘ ਨੇ ਗੁਰੂ ਨਾਨਕ ਦੀ ਤਾਲੀਮ ਨੂੰ ਘਰ ਘਰ ਦੇ ਅੰਦਰ ਹਿੰਦੁਸਤਾਨ ਦੇ ਵਿੱਚ ਪਹੁੰਚਾਇਆ। ਬਲਕਿ ਉਸ ਮਹਾਨ ਸੰਤ ਸਤਿਗੁਰੂ ਨੇ ਸਿਰਫ ਹਿੰਦੁਸਤਾਨ 'ਚ ਹੀ ਨਹੀਂ, ਬੇਸ਼ੱਕ ਤਨ ਧਾਰ ਕੇ ਉਹ ਬਾਹਰਲੇ ਮੁਲਕਾਂ ਵਿੱਚ ਨਹੀਂ ਗਏ, ਲੇਕਿਨ ਸ਼ਬਦ ਰੂਪ ਹੋ ਕੇ ਉਹ ਅਨੇਕਾਂ ਨੂੰ ਦਰਸ਼ਨ ਦਿੰਦੇ ਰਹੇ ਬਾਹਰ। ਕਿਸ ਤਰ੍ਹਾਂ ਉਹਨਾਂ ਨੇ ਆਮ ਜੀਵਾਂ ਨੂੰ ਖਿੱਚਿਆ ਕਿ ਮੈਂ ਕਿਸ ਜਗ੍ਹਾ ਬੈਠਾ ਹਾਂ। ਔਰ ਉਸੇ ਮਹਾਨ ਸਤਿਗੁਰੂ ਨੇ ਸੰਸਾਰ ਦੇ ਅੰਦਰ ਆ ਕੇ ਸਾਨੂੰ ਛੋਟੇ ਤੇ ਛੋਟੇ ਤਰੀਕੇ ਨਾਲ ਸਮਝਾਇਆ, ਘਰੇਲੂ ਕਹਾਣੀਆਂ ਦੱਸ ਦੱਸ ਕੇ ਕਿਸ ਤਰ੍ਹਾਂ ਦਾ ਜੀਵਨ ਬਤੀਤ ਕਰਨਾ ਹੈ, ਕਿਸ ਤਰ੍ਹਾਂ ਉਹ ਪਰਮਾਤਮਾ ਤੁਹਾਡੋਂ ਵਿਛੜਿਆ ਹੈ, ਤੁਹਾਡਾ ਉਹ ਕਿਸ ਤਰ੍ਹਾਂ ਖੋਇਆ ਹੋਇਆ ਹੈ ਪਰਮਾਤਮਾ, ਤੁਸੀਂ ਉਸ ਨੂੰ ਕਿਸ ਤਰ੍ਹਾਂ ਬਾਹਰ ਢੂੰਡਦੇ ਹੋ, ਬਾਹਰੋਂ ਤੁਹਾਨੂੰ ਮਿਲਣਾ ਨਹੀਂ ਗਾ। ਉਸੇ ਮਹਾਨ ਹਸਤੀ ਨੇ, ਬਾਬਾ ਸਾਵਣ ਸਿੰਘ ਨੇ ਦੱਖਣ ਦੇ ਅੰਦਰ ਬਾਬਾ ਸੋਮਨਾਥ ਦੀ ਡਿਊਟੀ ਲਾਈ, ਕਿਉਂਕਿ ਸੰਤਾਂ ਦਾ ਆਪੋ ਆਪਣਾ ਢੰਗ ਤਰੀਕਾ ਹੁੰਦਾ ਹੈ ਕਿ ਕੀ ਤੋਂ ਮੈਂ ਕੰਮ ਲੈਣਾ ਹੈ, ਕਿਸ ਤਰ੍ਹਾਂ ਲੈਣਾ ਹੈ। ਬਾਬਾ ਸੋਮਨਾਥ ਦੀ ਹਿਸਟਰੀ ਦਾ ਸਭ ਨੂੰ ਪਤਾ ਹੀ ਹੈ ਕਿ ਉਹਨਾਂ ਨੇ ਕਿੰਨੀ ਮਹਾਨ ਤਪੱਸਿਆ ਆਪਣੀ ਜ਼ਿੰਦਗੀ ਦੇ ਵਿੱਚ ਕੀਤੀ। ਕਿਸੇ ਮਹਾਤਮਾ ਦੀ ਨਿੰਦਿਆ ਕਰ ਲੈਣੀ ਬੜੀ ਆਸਾਨ ਹੁੰਦੀ ਹੈ, ਲੇਕਿਨ ਉਸ ਜੈਸਾ ਜੀਵਨ ਬਣਾਉਣਾ ਜਾਂ ਜਿੰਨੀ ਉਹਨੇ ਘਾਲਣਾ ਘਾਲੀ ਹੁੰਦੀ ਹੈ ਉਹ ਬੜੀ ਹੀ ਮੁਸ਼ਕਲ ਹੁੰਦੀ ਹੈ। ਅਗਰ ਇਹ ਮੁਫ਼ਤ ਹੀ ਮਿਲ ਜਾਂਦਾ, ਮਹਾਰਾਜ ਸਾਵਣ ਸਿੰਘ ਕਈ ਕਈ ਰਾਤਾਂ ਅੰਦਰੋਂ ਨਹੀਂ ਨਿਕਲਦੇ ਸਨ, ਖਾਣਾ ਕੰਮ ਖਾਂਦੇ ਸਨ। ਬਲਕਿ ਇੱਕ ਦਿਨ ਸੰਗਤ ਦੇ ਵਿੱਚ ਕਹਿਣ ਲੱਗੇ ਕਿ ਮੈਂ ਕੁਛ ਨਹੀਂ ਕਰਿਆ, ਤੇ ਬਾਬਾ ਜੀ ਦੀ, ਬਾਬਾ ਜੈਮਨ ਸਿੰਘ ਦੀ ਦਇਆ ਹੈ। ਲੇਕਿਨ ਜਿਹੜਾ ਉਹਨਾਂ ਦੀ ਰਸੋਈ ਤਿਆਰ ਬੰਤਾ ਸਿੰਘ ਕਰਦਾ ਹੁੰਦਾ ਸੀਗਾ, ਉਹ ਕਹਿਣ ਲੱਗਿਆ ਜਿਹੜੇ ਕਈ ਕਈ ਦਿਨ ਭੁੱਖ ਪਿਆਸ ਕੱਟ ਕੇ ਅੰਦਰੋਂ ਨਹੀਂ ਨਿਕਲਦੇ ਸੀ, ਉਹ ਕਿਹਨੇ ਕੀਤਾ? ਕਿਉਂਕਿ ਪ੍ਰੇਮੀ ਪਿਆਰ ਦੇ ਵਿੱਚ ਕਹਿ ਦਿੰਦੇ ਹੈ। ਇਸੇ ਤਰ੍ਹਾਂ ਗੁਰੂ ਨਾਨਕ ਨੇ 11 ਸਾਲ ਠਿਕਰੀਆਂ ਰੋੜਾਂ ਦਾ ਵਿਛਾਉਣਾ ਕੀਤਾ। ਕਬੀਰ ਸਾਹਿਬ ਨੇ ਸਾਰੀ ਜ਼ਿੰਦਗੀ ਖਿਚੜੀ ਦਾ ਆਹਾਰ ਕੀਤਾ, ਹਲਕਾ ਖਾਧਾ। ਮੈਂ ਦੱਸਦਾ ਹੁੰਦਾ ਹੈ ਕਿ ਕਿਸੇ ਮਹਾਤਮਾ ਦੇ ਸ਼ਰਨ ਦੇ ਵਿੱਚ ਜਾਣ ਤੋਂ ਪਹਿਲਾਂ ਇਹ ਜ਼ਰੂਰ ਦੇਖ ਲੈਣਾ ਚਾਹੀਦਾ ਹੈ ਕਿ ਇਸ ਨੇ ਕੋਈ ਆਪਦੀ ਜ਼ਿੰਦਗੀ ਵਿੱਚ ਕਮਾਈ ਕੀਤੀ ਹੈ, ਸਾਧਨ ਕੀਤਾ ਹੈ। ਬਲਕਿ ਕਬੀਰ ਸਾਹਿਬ ਤਾਂ ਇੱਥੋਂ ਤੱਕ ਕਹਿੰਦੇ ਆ, ਮਾਏ ਮੁੰਡੋ ਤੈਂ ਗੁਰੂ ਕੀ ਜਾਂ ਤੇ ਭਰਮ ਨਾ ਜਾਏ, ਆਪ ਡੁੱਬਾ ਚੋਂ ਵੇਦ ਮੇ ਚੇਲੇ ਦੀਏ ਬਹਾਏ। ਪੂਰਬ ਦੇ ਅੰਦਰ ਪਹਿਲਾਂ ਆਮ ਰਿਵਾਜ ਹੁੰਦਾ ਕਿ ਜਦ ਕੋਈ ਔਰਤ ਰੰਡੀ ਹੁੰਦੀ ਸੀਗੀ ਉਹਦਾ ਸਿਰ ਮੁੰਨ ਲੈਂਦੇ ਸੀਗੇ ਤਾਂ ਕਿ ਲੋਕਾਂ ਨੂੰ ਨਿਸ਼ਾਨੀ ਹੋ ਜਾਵੇ ਬਈ ਇਹ ਹੁਣ ਵਾਂਝ ਹੋ ਗਈ ਆ, ਗਾਹਾਂ ਨੂੰ ਬੱਚੇ ਨਹੀਂ ਪੈਦਾ ਕਰੇਗੀ। ਉਹ ਕਹਿਣ ਲੱਗੇ ਕਿ
ਐਸੇ ਗੁਰੂ ਦੀ ਪਹਿਲਾਂ ਕਿਉਂ ਨਾ ਮਾਤਾ ਰੰਡੀ ਹੋ ਗਈ, ਜਾਂ ਉਹਨੂੰ ਵਾਂਝ ਰਹਿਣਾ ਹੀ ਚੰਗਾ ਸੀਗਾ, ਕਿਉਂਕਿ ਲੋਕਾਂ ਨੂੰ ਪਖੰਡ ਕਰਕੇ ਐਕਟਿੰਗ ਪੋਚਿੰਗ ਕਰਕੇ ਕਮ ਸੇ ਕਮ ਲੋਕਾਂ ਦੀਆਂ ਆਤਮਾ ਦੇ ਨਾਲ ਖੜਵਾੜ ਤਾਂ ਨਾ ਕਰਦਾ। ਮੈਂ ਕਹਿੰਦਾ ਹੁੰਦਾ ਪਖੰਡੀ ਸਾਹਿਬ ਦੇ ਨਾਲੋਂ ਵੇਸਵਾ ਚੰਗੀ ਹੈ, ਕਿਉਂਕਿ ਉਹ ਕਿਸੇ ਨਾਲ ਧੋਖਾ ਨਹੀਂ ਕਰਦੀਗੀ। ਉਹਦਾ ਬਾਹਰ ਬੋਰਡ ਲੱਗਿਆ ਹੁੰਦਾ ਹੈ ਕਿ ਮੈਂ ਆਹ ਹੈ, ਆਪ ਡੁੱਬਾ ਚੋਂ ਬੇਦਵੇ ਚੇਲੇ ਦੀਏ ਬਹਾਏ। ਜੋ ਸਾਡੇ ਵੇਦ ਸ਼ਾਸਤਰਾਂ ਦੇ ਅੰਦਰ ਰੀਤੀ ਰਿਵਾਜ ਕਥਨ ਕੀਤਾ ਹੁੰਦਾ ਹੈ, ਸੇਵਕਾਂ ਨੂੰ ਵੀ ਉਸੇ ਪਾਸੇ ਲਾ ਦਿੰਦਾ ਹੈ, ਨਾ ਅੰਦਰ ਆਪ ਜਾਂਦਾ ਹੈ ਨਾ ਉਹਨਾਂ ਨੂੰ ਲਿਜਾਣ ਦਾ ਉਹ ਕੋਈ ਅਧਿਕਾਰ ਰੱਖਦਾ ਹੈ। ਇਸ ਵਾਸਤੇ ਉਸ ਮਹਾਨ ਸੰਤ ਸਤਿਗੁਰੂ ਨੇ, ਬਾਬਾ ਸਾਵਣ ਸਿੰਘ ਨੇ, ਇੱਥੇ ਦੱਖਣ ਦੇ ਅੰਦਰ, ਦੱਖਣੀ ਭਾਰਤ ਦੇ ਅੰਦਰ ਬਾਬਾ ਸੋਮਨਾਥ ਨੂੰ ਕਿਹਾ ਬਈ ਇਹਨਾਂ ਆਤਮਾ ਨੂੰ ਤੂੰ ਜਗਾ, ਪਰਮਾਤਮਾ ਨਾਲ ਜੋੜ। ਔਰ ਸਾਰੇ ਸੰਸਾਰ ਦੇ ਅੰਦਰ ਹਜ਼ੂਰ ਮਹਾਰਾਜ ਕਿਰਪਾਲ ਨੂੰ ਲਾਇਆ ਕਿ ਬਈ ਤੂੰ ਸੰਸਾਰ ਦੇ ਅੰਦਰ ਜਾਣਾ ਹੈ। ਹਾਲਾਂਕਿ ਆਪਣੇ ਜੀਵਨ ਕਾਲ ਦੇ ਅੰਦਰ ਉਹਨਾਂ ਨੇ ਬਾਹਰ ਪੱਛਮ ਦੇ ਅੰਦਰ ਦ੍ਰਿਸ਼ ਦੇਖਿਆ ਸੀ, ਕਿਸ ਤਰ੍ਹਾਂ ਅੰਗਰੇਜ਼ ਲੋਕ ਸਤਸੰਗ ਸੁਣਨ ਵਾਸਤੇ ਆਏ ਹੈ, ਉਹ ਉਹਨਾਂ ਨੂੰ ਸੁਣਾ ਰਿਹਾ ਹੈ। ਬਾਬਾ ਸਾਵਣ ਸਿੰਘ ਨੇ ਕਿਹਾ ਹਾਂ ਐਸਾ ਹੋਏਗਾ। ਕਹਿਣ ਦਾ ਭਾਵ ਇਹ ਹੈ ਕਿ ਸੱਚ ਨੂੰ ਕੋਈ ਸਰਾਫ ਨਹੀਂ ਗਾ। ਉਸ ਮਹਾਨ ਸੰਤ ਸਤਿਗੁਰੂ ਕਿਰਪਾਲ ਸਿੰਘ ਨੇ ਹਰ ਜਗ੍ਹਾ, ਸਮੁੰਦਰਾਂ ਦੀਆਂ ਤਹਿਾਂ ਦੇ ਅੰਦਰ, ਪਹਾੜਾਂ ਦੀਆਂ ਚੋਟੀਆਂ ਦੇ ਅੰਦਰ ਕੋਈ ਐਸੀ ਜਗ੍ਹਾ ਨਹੀਂ ਕਿ ਜਿੱਥੇ ਜਾ ਕੇ ਆਪਣੇ ਗੁਰੂ ਦੇਵ ਨੂੰ ਰੋਸ਼ਨ ਨਹੀਂ ਕੀਤਾ। ਕਿਸ ਤਰ੍ਹਾਂ ਉਹਨਾਂ ਨੇ ਗਾਇਆ, ਸੁੱਤੇ ਜਾਗਦਿਆਂ, ਬਹਿੰਦਿਆਂ, ਉੱਠਦਿਆਂ। ਕਬੀਰ ਸਾਹਿਬ ਕਹਿੰਦੇ ਆ, ਅਗਨੀ ਲੱਗੀ ਆਕਾਸ਼ ਕੋ, ਚੜ ਚੜ ਪੈਣ ਅੰਗਿਆਰ, ਸੰਤ ਨਾ ਹੁੰਦੇ ਜਗਤ ਮੇ ਤੇ ਜਲ ਮਰਤਾ ਸੰਸਾਰ। ਉਹ ਪਰਮਾਤਮਾ ਹਮੇਸ਼ਾ ਹੀ ਸੰਤਾਂ ਮਹਾਤਮਾ ਦੇ ਜ਼ਰੀਏ ਆ ਕੇ ਆਪਣੀ ਆਤਮਾ ਦੀ ਸੰਭਾਲ ਕਰਦਾ ਹੈ, ਉਹਨਾਂ ਨੂੰ ਜੋੜਦਾ ਹੈ ਜਿਨ੍ਹਾਂ ਦੇ ਭਾਗ ਅੰਦਰ ਹੋਵੇ। ਔਰ ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ, ਜੈਸੇ ਮਾਪੇ ਵੈਸੇ ਬੱਚੇ। ਜੈਸੇ ਮਾਤਾ ਪਿਤਾ ਹੁੰਦੇ ਹੈ ਬੱਚਿਆਂ ਤੇ, ਉਸੇ ਹੀ ਅਸਰ ਹੁੰਦਾ ਹੈ। ਉਹ ਇੱਕ ਬਾਦਸ਼ਾਹ ਦੀ ਲੜਕੀ ਦੀ ਮਿਸਾਲ ਦਿੰਦੇ ਹੁੰਦੇ ਸੀਗੇ, ਕਿਸੇ ਸਹਿਜਾਦੇ ਨਾਲ ਉਸ ਲੜਕੀ ਦਾ ਪਿਆਰ ਹੋਇਆ, ਸ਼ਾਦੀ ਦਾ ਉਹਨਾਂ ਨੇ ਪ੍ਰੋਗਰਾਮ ਬਣਾਇਆ, ਲੇਕਿਨ ਦੋਨਾਂ ਦੇ ਮਾਤਾ ਪਿਤਾ ਸ਼ਾਮਿਲ ਨਾ ਹੋਏ, ਉਹਦੀ ਵਿਰੋਧਤਾ ਕਰਨ ਲੱਗੇ। ਲੜਕੀ ਕਹਿਣ ਲੱਗੀ ਕਿ ਇਹਦੇ ਵਿੱਚ ਝਿਜਕਣ ਦੀ ਕੀ ਜ਼ਰੂਰਤ ਹੈ, ਮੈਂ ਆ ਜਾਊਂਗੀ ਔਰ ਆਪਾਂ ਦੋਨੇ ਜਾਣੇ ਬਾਹਰ ਚਲੇ ਜਾਵਾਂਗੇ, ਜਿੱਥੇ ਮਰਜ਼ੀ ਆਪਾਂ ਰਹੀਏ। ਉਹਨਾਂ ਦਿਨਾਂ ਦੇ ਵਿੱਚ ਅੱਜ ਦੀ ਤਰ੍ਹਾਂ ਟ੍ਰੇਨਾਂ ਵਗੈਰਾ ਨਹੀਂ ਸਨ, ਕੋਈ ਹੋਰ ਸਾਧਨ ਨਹੀਂ ਸੀਗਾ, ਆਮ ਸਵਾਰੀ ਊਂਠ ਦੀ ਹੁੰਦੀ ਸੀ ਜਾਂ ਲੋਕ ਬੋਲਦਾਂ ਤੇ ਚੜ੍ਹਦੇ ਸਨ। ਔਰ ਉਹ ਲੜਕੀ ਊਂਠਣੀ ਲੈ ਆਈ, ਨੇਰੇ ਉੱਠੇ ਬੈਠ ਗਏ, ਅੱਗੇ ਇੱਕ ਛੋਟਾ ਜਿਹਾ ਨਾਲਾ ਪੈਂਦਾ ਸੀਗਾ, ਪਾਣੀ ਉਸਦੇ ਵਿੱਚ ਦੀ ਵਗ ਰਿਹਾ ਸੀਗਾ। ਉਹ ਲੜਕੀ ਬੋਲਦੀ ਹੈ ਕਿ ਥੋੜ੍ਹੀ ਜਿਹੀ ਮੁਹਾਰੀ ਖਿੱਚ। ਬੜੀ ਜਲਦੀ ਕਹਿਣ ਲੱਗੀ ਕਿ ਇਸਦੀ ਮਾਂ ਨੂੰ ਵੀ ਆਦਤ ਸੀ, ਇਹਨੂੰ ਵੀ ਹੈ, ਪਾਣੀ ਦੇ ਵਿੱਚ ਬੈਠ ਜਾਂਦੀਆਂ ਸਨ। ਕੋਈ ਵਕਤ ਹੁੰਦਾ, ਪਤਾ ਨਹੀਂ ਕਿਸ ਗੱਲ ਨੇ ਸਾਡਾ ਦਿਲ ਹੀ ਤਬਦੀਲ ਕਰ ਦੇਣਾ ਹੈ ਜਾਂ ਮਨ ਹੀ ਪਲਟ ਦੇਣਾ ਹੈ। ਦਿਲ 'ਚ ਖਿਆਲ ਆਇਆ ਕਿ ਜਦ ਪਸ਼ੂ ਪੰਛੀਆਂ ਦਾ ਵੀ ਬੱਚਿਆਂ 'ਤੇ ਅਸਰ ਹੈ, ਤੋ ਬੰਦਿਆਂ ਦਾ, ਇਨਸਾਨਾਂ ਦਾ ਕਿਉਂ ਨਹੀਂ ਹੋਏਗਾ। ਇਹ ਅੱਜ ਔਰਤ ਮੇਰੇ ਨਾਲ ਨਿਕਲ ਰਹੀ ਹੈ, ਕੱਲ ਨੂੰ ਕੀ ਹੋਏਗਾ, ਜਿਹੜੀ ਇਹਦੇ ਪੇਟੋਂ ਔਲਾਦ ਹੋਏਗੀ, ਮੇਰੀ ਲੜਕੀ ਹੋਏਗੀ, ਉਹ ਵੀ ਕਿਸੇ ਨਾਲ ਇਸੇ ਤਰ੍ਹਾਂ ਹੀ ਚਲੀ ਜਾਏਗੀ। ਲੋਕ ਮੇਰੀ ਭੰਡੀ ਕਰਨਗੇ ਕਿ ਇਸਦੀ ਲੜਕੀ ਜਿਹੜੀ ਹੈ ਉਹ ਕਿਸ ਤਰ੍ਹਾਂ ਇੱਥੋਂ ਚਲੀ ਗਈ ਹੈ, ਇਹ ਬਦਮਾਸ਼ ਹੈ, ਅੱਛਾ ਆਦਮੀ ਨਹੀਂ ਗਾ। ਬੜਾ ਸੋਚ ਸੋਚ ਕੇ ਉਸ ਲੜਕੀ ਨੂੰ ਕਹਿਣ ਲੱਗਿਆ, ਬਈ ਦੇਖ, ਕੋਈ ਖਾਸ
ਚੀਜ਼ ਸੀ ਜਿਹੜੀ ਮੈਂ ਭੁੱਲਿਆ ਮਹੱਲ ਦੇ ਅੰਦਰ। ਆਪਾਂ ਚੱਲ ਲਿਆਈਏ, ਅਜੇ ਕਾਫੀ ਰਾਤ ਪਈ ਹੈ। ਜਦ ਉਸ ਮਹੱਲ ਦੇ ਪਾਸ ਆਈ, ਉਸਨੂੰ ਕਹਿਣ ਲੱਗਿਆ, ਦੇਖ ਵੀ ਭਗਵਾਨ ਨੇ ਤੇਰੇ ਮੂਹਰੇ ਹੱਥ ਬੰਨੇ ਆ, ਆਪਾਂ ਬਹੁਤ ਬੁਰਾ ਕਰਮ ਕਰ ਰਹੇ ਸੀਗੇ, ਤੂੰ ਵੀ ਬਦਨਾਮ ਅੱਗੇ ਹੁੰਦੀ, ਮੈਂ ਵੀ ਹੁੰਦਾ, ਆਪਾਂ ਔਲਾਦ ਨੂੰ ਵੀ ਕਰਦੇ ਜਿਹੜੀ ਪੈਦਾ ਕਰਦੇ, ਆਪਾਂ ਬੁਰੇ ਕਰਮ ਤੋਂ ਬਚ ਗਏ ਹੈ, ਤੂੰ ਆਪਣਾ ਜੀਵਨ ਆਪਣੇ ਮਹੱਲ ਵਿੱਚ ਬਤੀਤ ਕਰ, ਮੈਂ ਆਪਣੇ ਚ ਕਰਦਾ ਹੈ। ਇਸੇ ਤਰ੍ਹਾਂ ਮੈਂ ਤੁਹਾਡੇ ਅੱਗੇ ਕਈ ਦਿਨ ਸੂਫੀ ਸੰਤ ਸ਼ੇਖ ਫਰੀਦ ਜੀ ਦੀ ਬਾਣੀ ਤੇ ਸਤਸੰਗ ਕਰੂੰਗਾ। ਸਭ ਗੌਰ ਨਾਲ ਸੁਣਿਓ, ਸ਼ੇਖ ਫਰੀਦ ਨੂੰ ਉਹਦੀ ਮਾਤਾ ਤੋਂ ਹੀ ਭਗਤੀ ਕਰਨ ਦਾ ਸ਼ੌਕ ਪੈਦਾ ਹੋਇਆ ਸੀਗਾ। ਉਸਨੇ ਖੇਲ ਕੁੱਦ ਦੇ ਵਿੱਚ ਹੁੰਦਾ ਸੀ, ਮਾਤਾ ਨੂੰ ਨਾਮ ਸੀ, ਬੜਾ ਅਭਿਆਸਨ ਸੀ। ਉਹ ਹਮੇਸ਼ਾ ਕਹਿੰਦੀ, ਬੇਟਾ ਭਜਨ ਕਰਿਆ ਕਰ, ਖੁਦਾ ਦੀ ਬੰਦਗੀ ਕਰਿਆ ਕਰ। ਉਹ ਕਹਿਣ ਲੱਗਿਆ, ਖੁਦਾ ਕੀ ਦੇਵੇਗਾ, ਕਿ ਸ਼ਹਿਦ ਖਾਣ ਨੂੰ ਦੇਵੇਗਾ, ਗੁੜ ਦੇਵੇਗਾ ਜਾਂ ਕੋਈ ਚੀਨੀ ਦੇਵੇਗਾ? ਉਹ ਕਹਿੰਦੀ, ਹਾਂ ਅਗਰ ਆਪਾਂ ਖੁਦਾ ਦੀ ਬੰਦਗੀ ਕਰੀਏ ਤੇ ਕਿਸੇ ਚੀਜ਼ ਦੇ ਮੰਗਤੇ ਨਹੀਂ ਬੇਟਾ ਰਹਿੰਦੇ ਗੇ, ਔਰ ਉਹ ਖੰਡ ਵੀ ਦਿੰਦਾ ਹੈ, ਸਭ ਕੁਛ ਆਪਾਂ ਨੂੰ ਦੇਵੇਗਾ, ਖਾਣ ਪੀਣ ਨੂੰ ਉਹ ਸਾਰਿਆਂ ਦੇ ਕਾਜ ਸਵਾਰਦਾ ਹੈ। ਲੇਕਿਨ ਸਾਨੂੰ ਪਤਾ ਹੀ ਹੈ ਕਿ ਸ਼ੁਰੂ ਸ਼ੁਰੂ ਦੇ ਵਿੱਚ ਇਸ ਪਦਾਰਥ ਨੂੰ ਚੱਖਣਾ ਬੜਾ ਮੁਸ਼ਕਲ ਹੁੰਦਾ ਹੈ, ਭਗਤੀ ਮਾਰਗ 'ਚ ਲੱਗਣਾ ਔਖਾ ਹੈ, ਮਗਰੋਂ ਇਸ ਦੇ ਵਿੱਚੋਂ ਹਟਣਾ ਵੀ ਮੁਸ਼ਕਲ ਹੋ ਜਾਂਦਾ ਹੈ। ਤੁਸੀਂ ਮਹਾਤਮਾ ਦੀਆਂ ਕਹਾਣੀਆਂ ਪੜ੍ਹ ਕੇ ਦੇਖ ਲਓ, ਉਹਨਾਂ ਨੇ ਖਿੜੇ ਮੱਤੇ ਦੁੱਖ ਬਰਦਾਸ਼ਤ ਕੀਤੇ, ਉਧਰੋਂ ਹਟ ਨਾ ਸਕੇ, ਉਹ ਸਵਾਦ ਨੂੰ ਛੱਡ ਨਾ ਸਕੇ। ਔਰ ਕੁਛ ਦਿਨ ਮਾਤਾ ਨੇ ਕਾਫੀ ਖੇਚਲਾ ਕੀਤੀ, ਉਸ ਨੂੰ ਬੋਰੀ ਰੱਖਿਆ ਕਰੇ, ਉੱਪਰ ਕੱਪੜਾ ਦੇ ਦਿਆ ਕਰੇ ਕਿ ਬੈਠ ਬੇਟਾ, ਤੂੰ ਅੱਖਾਂ ਬੰਦ ਕਰਕੇ ਬੈਠ। ਔਰ ਜਦੋਂ ਖੁਦਾ ਚੀਨੀ ਰੱਖ ਗਿਆ, ਖੰਡ ਰੱਖ ਗਿਆ, ਉਸ ਵੇਲੇ ਤੂੰ ਉੱਠ ਕੇ ਖਾਈ, ਉਹ ਜ਼ਰੂਰ ਰੱਖ ਕੇ ਜਾਏਗਾ। ਕੁਛ ਦਿਨ ਮਾਤਾ ਨੇ ਪੌਲੀ ਦੇ ਵਿੱਚ ਪਾ ਕੇ ਉਹ ਖੰਡ ਰੱਖ ਦਿਆ ਕਰੇ। ਔਰ ਕਈ ਰੋਜ਼ ਤਾਂ ਕਰਦੀ ਰਹੀ ਇਸੇ ਤਰ੍ਹਾਂ ਹੀ ਮਿਸ਼ਕਤ, ਔਰ ਆਖਰ ਕੁਛ ਆਪਣੀ ਤਵੱਜੋ ਦਿੰਦੀ ਰਹੀ, ਤਵੱਜੋ ਨਾਲ ਸੁਰਤ ਅੰਦਰ ਜਾ ਲੱਗੀ। ਉਹ ਕਹਿੰਦੀ, ਬੇਟਾ ਤੂੰ ਉੱਠ, ਖੁਦਾ ਚੀਨੀ ਰੱਖ ਗਿਆ। ਔਰ ਪਹਿਲਾਂ ਸ਼ੁਰੂ ਸ਼ੁਰੂ ਦੇ ਵਿੱਚ ਉਸ ਨੂੰ ਚੀਨੀ ਰੱਖਣੀ ਪੈਂਦੀ, ਬੇਟਾ ਖੁਦਾ ਰੱਖ ਗਿਆ ਹੈ ਤੂੰ ਖਾ ਲੈ। ਲੇਕਿਨ ਜਦ ਸੁਰਤ ਅੰਦਰ ਲੱਗੀ, ਸ਼ਬਦ ਨਾਲ ਜੁੜੀ, ਤਾਂ ਉੱਠ ਕੇ ਕਹਿਣ ਲੱਗਿਆ, ਸ਼ੱਕਰ ਖੰਡ ਨਵਾਤ ਗੁੜ ਮਾਖੋ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਪਰ ਰੱਬ ਨਾ ਪੁੱਜਣ ਤੁੱਧ। ਮੈਂ ਮੰਨਦਾ ਹਾਂ ਸ਼ਹਿਦ ਵੀ ਮਿੱਠਾ ਹੈ, ਖੰਡ ਮਿੱਠੀ ਹੈ, ਗੁੜ ਮਿੱਠਾ ਹੈ, ਦੁੱਧ ਵੀ ਮਿੱਠਾ ਹੈ, ਲੇਕਿਨ ਜੋ ਸਵਾਦ ਮਾਤਾ ਅੱਜ ਨਾਮ ਵਿੱਚੋਂ ਆਇਆ ਹੈ, ਉਹ ਸਵਾਦ ਉਹਨਾਂ ਚੀਜ਼ਾਂ ਦੇ ਵਿੱਚ ਨਹੀਂ, ਉਹ ਆਰਜ਼ੀ ਹੈ, ਇਹ ਸਦਾ ਵਾਸਤੇ ਹੈ। ਇਸ ਨੂੰ ਅੱਛੀ ਆਪ ਅਮਲੀ ਜੀਵਨ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਉਪਦੇਸ਼ ਦਿੱਤਾ। ਮੈਂ ਰੋਜ਼ ਇਹਨਾਂ ਦੀ ਬਾਣੀ 'ਤੇ ਸਤਸੰਗ ਕਰੂੰਗਾ। ਇਸੇ ਤਰ੍ਹਾਂ ਕੋਈ ਔਰਤ ਸੀ, ਉਹਦੇ 5 ਲੜਕੇ ਸਨ, ਔਰ ਉਹਨੇ ਆਪਦੇ ਬੱਚਿਆਂ ਨੂੰ ਬੜੀ ਟ੍ਰੇਨਿੰਗ ਦਿੱਤੀ ਕਿ ਬੇਟਾ ਆਪਾਂ ਅਗਰ ਕੋਈ ਕਾਰੋਬਾਰ ਕਰੀਏ, ਕੋਈ ਵਪਾਰ ਖੇਤੀ ਦਾ ਕਰੀਏ, ਬੜਾ ਮੁਸ਼ਕਲ ਹੈ, ਔਰ ਮੇਰਾ ਪਤੀ ਔਰ ਮੈਂ ਵੀ ਇਸੇ ਤਰ੍ਹਾਂ ਹੀ ਕਰਦੇ ਰਹੇ ਹਾਂ, ਔਰਤ ਤੇ ਲੋਕ ਘੱਟ ਸ਼ੱਕ ਕਰਦੇ ਹੈ, ਔਰ ਮੈਂ ਜੋ ਕਰਤੱਵ ਕਰਦੀ ਰਹੀ ਹਾਂ ਤੁਹਾਨੂੰ ਵੀ ਦੱਸਣੀ ਹੈ। ਉਹ ਕਿਸੇ ਘਰੇ ਚਲੀ ਜਾਇਆ ਕਰੇ, ਖੂਬ ਉੱਥੇ ਗੱਲਾਂ ਮਾਰਿਆ ਕਰੇ। ਸਾਨੂੰ ਪਤਾ ਹੈ ਕਿ ਬੀਬੀਆਂ ਆਮ ਤੌਰ ਦੇ ਉੱਤੇ ਜਲਦੀ ਮੋਹਿਤ ਹੋ ਜਾਂਦੀਆਂ ਹਨ, ਵਿਸ਼ਵਾਸ ਕਰ ਲੈਂਦੀਆਂ ਹਨ, ਔਰ ਉਹਨਾਂ ਤੋਂ ਧਨ ਪਦਾਰਥ ਦਾ ਜਾਂ ਸੋਨੇ ਵਗੈਰਾ ਦਾ ਭੇਦ ਲੈ ਲਏ, ਔਰ ਉਸ ਘਰ ਦੇ ਨਿਸ਼ਾਨ ਹਿੰਗ ਦਾ ਲਾਇਆ ਕਰੇ। ਆ ਕੇ ਆਪਦੇ 5 ਬੱਚਿਆਂ ਨੂੰ ਦੱਸੇ ਕਿ ਬੇਟਾ ਜਿੱਥੇ ਤੁਹਾਨੂੰ ਹਿੰਗ ਦਾ ਵਾਸ਼ਨਾ ਆਵੇ, ਮਹਿਕ ਆਵੇ, ਉਸ ਘਰ ਦੇ ਅੰਦਰ ਅੱਗੇ ਵੀ ਮੈਂ ਜਿੱਥੇ ਤਾਲਾ ਲੱਗਿਆ ਹੈ ਉਸ 'ਤੇ ਵੀ ਹਿੰਗ ਲਾਇਆ ਹੀ ਹੈ।
ਉਹਨਾਂ ਨੇ ਜਾ ਕੇ ਰਾਤ ਨੂੰ ਚੋਰੀ ਕਰਕੇ ਉਹ ਸਮਾਨ ਲੈ ਆਉਣਾ। ਤੁਸੀਂ ਦੇਖ ਸਕਦੇ ਹੋ ਕਿ ਉਸ ਮਾਤਾ ਨੇ ਕਿਸ ਤਰ੍ਹਾਂ ਆਪਦੇ ਬੱਚਿਆਂ ਨੂੰ ਇਹ ਸਭ ਕੁਝ ਦੱਸਿਆ। ਇਸ ਕਹਾਣੀ ਦਾ ਕੀ ਤਾਤਪਰਜ ਹੈ? ਇਹਦਾ ਇਹ ਹੀ ਹੈ ਕਿ ਜਦੋਂ ਅਸੀਂ ਨਾਮ ਦਾ ਰਸਤਾ ਛੱਡ ਦਿੰਦੇ ਹਾਂ, ਸੁਰਤ ਸ਼ਬਦ ਦਾ ਆਪਣਾ ਵਿਆਹ ਛੱਡ ਦਿੰਦੇ ਹਾਂ, ਸਾਡੇ ਅੰਦਰ ਹੰਕਾਰ ਹੰਗਤਾ ਪੈਦਾ ਹੋ ਜਾਂਦੀ ਹੈ ਔਰ ਉਸ ਦੇ ਵਿੱਚੋਂ ਮਹਿਕ ਆਉਂਦੀ ਹੈ। ਚੋਰ ਕਿਹੜੇ ਹੈ? ਕਾਮ ਹੈ, ਕ੍ਰੋਧ ਹੈ, ਲੋਭ, ਮੋਹ, ਹੰਕਾਰ, ਉਹਦੇ ਪੰਜ ਪੁੱਤ ਹਉਮੈ ਦੇ ਇਹ ਹਨ। ਇਹ ਆ ਕੇ ਸਾਨੂੰ ਲੁੱਟ ਲੈਂਦੇ ਹੈ। ਕਬੀਰ ਸਾਹਿਬ ਨੇ ਕਿਹਾ ਸੀਗਾ, ਮਿਸ਼ਾਫਰ ਜਾਗ ਤੇ ਰਹਿਣਾ ਨਗਰ ਮੇ ਚੋਰ ਆਤੇ ਹੈ, ਜਰਾ ਸੀ ਨੀਂਦ ਕਫਲੁਤ ਮੇ ਦੇਖ ਕਰ ਝਟਪਟ ਗਠੜੀ ਉਠਾਤੇ ਹੈ। ਜਾਗੋ, ਗੁਰੂ ਨਾਨਕ ਨੇ ਵੀ ਕਿਹਾ, ਜਾਗੋ ਜਾਗੋ ਸੁਤਿਓ ਚੱਲਿਆ ਬਨਜਾਰਾ। ਆ ਦੇਖੋ ਤੁਹਾਡਾ ਭਰਾ ਜਿਹੜਾ ਹੈ ਸਭ ਕੁਝ ਹਾਰ ਕੇ ਚੱਲਿਆ ਜਾਂਦਾ ਹੈ, ਇਹਨਾਂ ਅੱਗੇ ਹਥਿਆਰ ਸਿੱਟ ਕੇ। ਇਸ ਵਾਸਤੇ ਅੰਦਰ ਹੰਕਾਰ ਆਇਆ, ਹੰਗਤਾ ਆਈ ਔਰ ਇਹ ਪੰਜੇ ਆ ਕੇ ਲੁੱਟ ਲੈਂਦੇ ਹੈ। ਤੋ ਫਰੀਦ ਸਾਹਿਬ ਸਾਨੂੰ ਅੱਛੀਆਂ ਸੋਹਣੀਆਂ ਮਿਸਾਲਾਂ ਦੇ ਕੇ ਇਸ ਬਾਣੀ ਦੇ ਅੰਦਰ ਸਮਝਾਉਂਦੇ ਹੈ, ਸਾਨੂੰ ਗੌਰ ਨਾਲ ਪਿਆਰ ਨਾਲ ਸੁਣਨਾ ਚਾਹੀਦਾ ਹੈ। ਸਲੋਕ ਸੇਖ ਫਰੀਦ ਕੇ ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਜੇਤ ਸਾਹਿਬ ਕਹਿੰਦੇ ਹੈ ਕਿ ਸਾਡੀ ਆਤਮਾ ਨੇ ਜਿਸ ਟਾਈਮ ਸਰੀਰ ਦੇ ਅੰਦਰ ਪ੍ਰਵੇਸ਼ ਕੀਤਾ, ਉਸ ਪਰਮਾਤਮਾ ਨੇ ਇਹਦਾ ਦਿਨ ਟਾਈਮ ਮੁਕਰਰ ਕਰ ਦਿੱਤਾ। ਉਸ ਟਾਈਮ ਦੇ ਮੁਤਾਬਕ ਹੀ ਆਪਣੀ ਉਹ ਸ਼ਕਲ ਆ ਕੇ ਦਿਖਾ ਦਿੰਦਾ ਹੈ ਕਿ ਮੈਂ ਆ ਗਿਆ ਹਾਂ। ਕਈ ਜਗ੍ਹਾ ਨਾਲ ਲਫ਼ਜ਼ਾਂ ਨਾਲ ਮਹਾਤਮਾ ਨੇ ਯਾਦ ਕੀਤਾ, ਕਿਤੇ ਉਹਨੂੰ ਧਰਮਰਾਜ ਵੀ ਕਿਹਾ ਹੈ, ਕਿਤੇ ਅਜਰਾਇਲ ਫਰਿਸ਼ਤਾ ਵੀ ਕਿਹਾ ਹੈ। ਔਰ ਜਿਸ ਤਰ੍ਹਾਂ ਸਾਡੇ ਹਿੰਦੁਸਤਾਨ ਦੇ ਅੰਦਰ ਆਮ ਤੌਰ 'ਤੇ ਰਿਵਾਜ ਹੈ ਕਿ ਜਦ ਅਸੀਂ ਲੜਕੀ ਦੀ ਸ਼ਾਦੀ ਦਾ ਦਿਨ ਮੁਕਰਰ ਕਰਦੇ ਹਾਂ ਕਿ ਕਿਹੜੀ ਡੇਟ ਆਉਣਾ ਹੈ, ਕਿਸ ਟਾਈਮ ਆਉਣਾ ਹੈ, ਸਾਨੂੰ ਪਤਾ ਹੀ ਹੈ ਕਿ ਉਹ ਲਾੜਾ ਜਿਸ ਦੇ ਨਾਲ ਉਸ ਲੜਕੀ ਦੀ ਸ਼ਾਦੀ ਹੋਣੀ ਹੈ ਉਹ ਕਿਸੇ ਤਰ੍ਹਾਂ ਵੀ ਉਸ ਵਕਤ ਨੂੰ ਮਿਸ ਨਹੀਂ ਕਰਦਾ ਗਾ, ਉਹ ਸਾਹੇ ਦੇ ਮੁਤਾਬਕ ਹੀ ਆ ਜਾਂਦਾ ਹੈ। ਔਰ ਅੱਗੇ ਦੱਸਣਗੇ, ਬੇਸ਼ੱਕ ਲੜਕੀ ਰੋਏ, ਚਲਿਆਵੇ, ਕੁਛ ਹੀ ਕਰੇ, ਉਹ ਕਿਸੇ ਦੀ ਰੋਣ ਦੀ ਆਵਾਜ਼ ਨੂੰ ਨਹੀਂ ਸੁਣਦਾ, ਕੋਈ ਤਰਸ ਨਹੀਂ, ਉਹ ਉਸ ਲੜਕੀ ਨੂੰ ਲੈ ਕੇ ਚਲਿਆ ਜਾਂਦਾ ਹੈ। ਹਜ਼ਰਤ ਵਾਰਿਸ ਸ਼ਾਹ ਨੇ ਕਿਹਾ ਸੀਗਾ, ਹੀਰ ਰੂਹ ਤੇ ਅਜਰਾ ਈਲ ਖੇੜਾ, ਜਿਹੜਾ ਲੈਂਦਾ ਹੀ ਰੂਹ ਨੂੰ ਧਾਇਆ ਹੀ, ਕਿ ਉਹ ਆ ਕੇ ਇੰਤਜ਼ਾਰ ਨਹੀਂ ਕਰਦਾ ਕਿ ਤੂੰ ਤਿਆਰ ਹੈ ਜਾਂ ਨਹੀਂ ਹੈ, ਕਿਉਂਕਿ ਦਿਨ ਜੋ ਪਹਿਲਾਂ ਮੁਕਰਰ ਹੋ ਗਿਆ ਸੀਗਾ। ਇਸ ਵਾਸਤੇ ਫਰੀਦ ਸਾਹਿਬ ਕਹਿੰਦੇ ਹੈ ਕਿ ਜਿਸ ਦਿਨ ਤੁਹਾਡੀ ਆਤਮਾ ਨੇ ਸਰੀਰ ਦੇ ਅੰਦਰ ਪ੍ਰਵੇਸ਼ ਕੀਤਾ ਸੀਗਾ, ਉਸ ਦਿਨ ਟਾਈਮ ਮੁਕਰਰ ਹੋਇਆ, ਕਿਹੜੀ ਜਗ੍ਹਾ ਹੈ ਆਉਣਾ ਹੈ, ਕਿਹੜਾ ਦਿਨ ਹੈ, ਕਿਹੜਾ ਟਾਈਮ ਹੋਏਗਾ ਔਰ ਕੌਣ ਆਏਗਾ, ਉਹੀ ਆਉਂਦਾ ਹੈ। ਕਿਉਂਕਿ ਆਤਮਾ ਨੂੰ ਲੈਣ ਵਾਸਤੇ
ਦੋ ਹੀ ਤਾਕਤਾਂ ਆਉਂਦੀਆਂ ਹਨ, ਜਾਂ ਤਾਂ ਸ਼ਬਦ ਗੁਰੂ ਆਉਂਦਾ ਹੈ, ਅਗਰ ਅਸੀਂ ਨਾਮ ਲਿਆ ਹੈ ਉਹਨੇ ਸਾਡੀ ਰੱਖਿਆ ਕਰਨੀ ਹੈ, ਉਹ ਸਾਡੀ ਆਤਮਾ ਨੂੰ ਸਰੀਰ ਚੋਂ ਲਿਜਾਏਗਾ। ਅਗਰ ਗੁਰੂ ਨਹੀਂ, ਨਾਮ ਨਹੀਂ, ਤਾਂ ਮੌਤ ਦਾ ਫਰਿਸ਼ਤਾ ਆਏਗਾ, ਉਹ ਆ ਕੇ ਲਿਜਾਏਗਾ। ਅਸੀਂ ਆਪਦੀ ਜ਼ਿੰਦਗੀ ਦੇ ਅੰਦਰ ਇੱਕ ਨਹੀਂ, ਅਨੇਕਾਂ ਨਹੀਂ, ਹਜ਼ਾਰਾਂ ਵਾਕਿਆਤ ਦੇਖਦੇ ਹਾਂ। ਅੱਛੀ ਕਮਾਈ ਕਰਨ ਵਾਲੇ ਸਤਸੰਗੀ ਕਈ ਕਈ ਦਿਨ ਪਹਿਲਾਂ ਦੱਸ ਦਿੰਦੇ ਹੈ ਕਿ ਮੈਂ ਕਦ ਜਾਣਾ ਹੈ, ਔਰ ਜਿਹੜੇ ਆਲਾ ਦਰਜੇ ਦੇ ਸਤਸੰਗੀ ਹੁੰਦੇ ਹੈ ਉਹ ਕਈ ਕਈ ਮਹੀਨੇ ਵੀ ਪਹਿਲਾਂ ਦੱਸ ਦਿੰਦੇ ਹੈ ਕਿ ਮੈਂ ਕਿਸ ਮਹੀਨੇ ਜਾਣਾ ਹੈ। ਬਾਬਾ ਸਾਵਨ ਸਿੰਘ ਦਾ ਨਾਮ ਲੇਵਾ, 20 ਸਾਲ ਮੇਰੇ ਪਾਸ ਰਿਹਾ, ਸੁੰਦਰਦਾਸ ਉਹਦਾ ਨਾਮ ਸੀਗਾ, ਅੱਛਾ ਅਭਿਆਸ ਕਰਦਾ ਸੀਗਾ। 8-8 ਘੰਟੇ ਮੇਰੇ ਖੇਤ ਦੇ ਅੰਦਰ ਅਸੀਂ ਧੂਣਾ ਲਾ ਕੇ ਬੈਠ ਜਾਂਦੇ ਸਾਂ। ਇੱਕ ਦਿਨ ਉਸਦੀ ਲੱਤ ਦੇ ਉੱਤੇ ਲੱਕੜੀ ਪੈ ਗਈ ਔਰ ਲੱਤ ਜਲ ਗਈ, ਲੇਕਿਨ ਉਸਨੂੰ ਪਤਾ ਨਹੀਂ ਲੱਗਿਆ। ਜਦ ਅਭਿਆਸ ਤੋਂ ਉੱਠਿਆ ਕਹਿਣ ਲੱਗਿਆ, ਜਿੰਨਾ ਅੱਜ ਰਸ ਆਇਆ ਇੰਨਾ ਕਦੇ ਨਹੀਂ ਆਏਗਾ। ਸੈਂਕੜੇ ਆਦਮੀਆਂ ਦੇ ਬੈਠਿਆਂ ਉਸਨੇ ਚੋਲਾ ਛੱਡਿਆ ਔਰ 6 ਮਹੀਨੇ ਪਹਿਲਾਂ ਬਤਾਇਆ ਕਿ ਕਿਸ ਤਰ੍ਹਾਂ ਗੁਰੂ ਮਹਾਰਾਜ ਸਾਵਣ ਕਿਰਪਾਲ ਮੈਨੂੰ ਲੈਣ ਵਾਸਤੇ ਆਉਣਗੇ ਔਰ ਆਪਣਾ ਕਫਨ ਵਗੈਰਾ ਪਹਿਲੇ ਤਿਆਰ ਕਰ ਲਿਆ। ਔਰ ਕੁਛ ਚਿਰ ਪਹਿਲਾਂ ਚੇਤਾਵਨੀ ਦਿੱਤੀ, ਕੁਛ ਘੰਟੇ, ਕਿ ਦਰਬਾਰ ਖੁੱਲ੍ਹਾ ਹੈ, ਮੈਂ ਆਪਣੀ ਭੈਣ ਨੂੰ ਵੀ ਲਿਜਾਣਾ ਚਾਹੁੰਦਾ ਹਾਂ। ਲੇਕਿਨ ਜਦ ਭੈਣ ਨੇ ਇਹ ਸੁਣਿਆ, ਕਿਉਂਕਿ ਉਹ ਨਾਮ ਲੇਵਾ ਨਹੀਂ ਸੀਗੀ, ਉਹ ਮੌਤ ਤੋਂ ਡਰਦੀ ਹੋਈ ਬਾਹਰ ਭੱਜ ਗਈ। ਹੁਣ ਤੁਸੀਂ ਸੋਚ ਕੇ ਦੇਖ ਸਕਦੇ ਹੋ ਕਿ ਸਤਸੰਗੀ ਦੇ ਦਿਲ ਅੰਦਰ ਇੰਨੀ ਉਸ ਵੇਲੇ ਖੁਸ਼ੀ ਹੁੰਦੀ ਹੈ ਜਿੰਨੀ ਆਪਣੀ ਸ਼ਾਦੀ ਦੀ ਵੀ ਨਹੀਂ ਹੁੰਦੀ ਗੀ। ਸ਼ਾਦੀ ਦਾ ਵੀ ਬੰਦਾ ਸੋਚਦਾ ਕਿ ਮੈਨੂੰ ਬੰਧਨ ਪੈ ਰਿਹਾ ਹੈ। ਸੋ ਇਸ ਵਾਸਤੇ ਮਹਾਤਮਾ ਕੋਈ ਸੁਣੀਆਂ ਸੁਣਾਈਆਂ ਨਹੀਂ ਦੱਸਦੇ, ਅਸੀਂ ਅਨੇਕਾਂ ਹੀ ਵਾਕਿਆਤ ਦੇਖਦੇ ਹਾਂ ਕਿ ਕਿਸ ਤਰ੍ਹਾਂ ਗੁਰੂ ਜੀ ਦੀ ਚਿਤਾਈ ਹੋਈ ਆਤਮਾ ਨੂੰ ਜਿਹਨੂੰ ਨਾਮ ਮਿਲਿਆ ਹੈ ਉਹਨੂੰ ਕਾਲ ਕਦੇ ਵੀ ਲਿਜਾ ਨਹੀਂ ਸਕਦਾ ਗਾ। ਇਹੀ ਗੁਰੂ ਦੀ ਪੱਕੀ ਪਛਾਣ ਹੈ ਕਿ ਕਿਸ ਤਰ੍ਹਾਂ ਉਹ ਆਪਣੀ ਆਤਮਾ ਨੂੰ ਅੰਦਰ ਔਰ ਬਾਹਰ ਸੰਭਾਲਦਾ ਹੈ। ਇਸ ਵਾਸਤੇ ਆਪ ਪਿਆਰ ਦੇ ਨਾਲ ਦੱਸਦੇ ਹੈ, ਬਾਬਾ ਸਾਵਨ ਸਿੰਘ ਨੂੰ ਕਾਫੀ ਟਾਈਮ ਹੋ ਗਿਆ ਸਰੀਰ ਛੱਡੇ ਨੂੰ, ਲੇਕਿਨ ਉਹ ਅੱਜ ਵੀ ਆਤਮਾ ਦੀ ਸੰਭਾਲ ਕਰਦਾ ਹੈ। ਸਾਡੇ ਦਿਆਲੂ ਗੁਰੂ ਕਿਰਪਾਲ ਨੂੰ ਵੀ ਕਈ ਸਾਲ ਹੋ ਗਏ, ਇਹ ਸੰਸਾਰ ਯਾਤਰਾ ਪੂਰੀ ਕਰਕੇ ਗਏ ਹੈ। ਕੀ ਪ੍ਰਤੱਖ ਨੂੰ ਪ੍ਰਮਾਣ ਹੈ, ਮੇਰੇ ਪਾਸ ਅਨੇਕਾਂ ਤਾਰਾਂ ਆਈਆਂ, ਅਨੇਕਾਂ ਪੱਤਰ ਆਏ ਜਿਹਦੇ ਵਿੱਚ ਇਹ ਦੱਸਿਆ ਕਿ ਪਸ਼ੂ ਪੰਛੀ ਵੇਲੇ ਵੀ ਕਿ ਅਸੀਂ ਗੁਰੂ ਨੂੰ ਦੇਖਿਆ ਕਿ ਉਹ ਸੰਭਾਲ ਕਰ ਰਿਹਾ ਹੈ। ਹਾਂਜੀ, ਮਾਲਕ ਜੇ ਕੰਨੀ ਸੁਣੀਂਦਾ ਹੁੰਦੇ ਖਾਲੇ ਫਰਿਸ਼ਤੇ ਦਾ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਉਹ ਦੀ ਡਿਊਟੀ ਹੈ, ਉਹ ਆਪਣੇ ਟਾਈਮ ਤੇ ਜ਼ਰੂਰ ਆਉਂਦਾ ਹੈ। ਔਰ ਜਿੰਦ ਅਗਰ ਕਿਸੇ ਨੇ ਪਹਿਲਾਂ ਤਿਆਰੀ ਕਰ ਰੱਖੀ ਹੈ ਉਹਨੂੰ ਤਕਲੀਫ ਨਹੀਂ, ਉਹ ਆਤਮਾ ਖੁਸ਼ੀ ਖੁਸ਼ੀ ਨਾਲ ਗੁਰੂ ਦੇ ਨਾਲ ਜਾਂਦੀ ਹੈ। ਅਗਰ ਕਿਸੇ ਦੀ ਤਿਆਰੀ ਨਹੀਂ ਉਹ ਉਸ ਵੇਲੇ ਗਿਰਗਿਟ ਦੀ ਤਰ੍ਹਾਂ ਰੰਗ ਵਟਾਉਂਦਾ ਹੈ। ਹੱਥ ਮਰੋੜਾ ਤਨ ਕੱਪਾ ਸਹਿ ਹੋਇਆ ਸੇਤ, ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹੈ ਕਿ ਉਹ ਗਿਰਗਿਟ ਦੀ ਤਰ੍ਹਾਂ ਰੰਗ ਵਟਾਉਂਦਾ ਹੈ, ਕਦੇ ਪੀਲਾ ਹੁੰਦਾ ਹੈ, ਕਦੇ ਸਫੈਦ ਹੋ ਜਾਂਦਾ ਹੈ, ਕਦੇ ਕਹਿੰਦਾ ਕੋਈ ਅੱਛਾ ਹਕੀਮ ਸੱਦੋ, ਕਦੇ ਕਹਿੰਦਾ ਪੁੱਤਾਂ ਨੂੰ ਸੱਦੋ, ਐਸਾ ਕੁਛ ਹੀ ਕਰਦਾ ਹੈ, ਰੋਂਦਾ ਹੈ, ਚਲਿਆਉਂਦਾ ਹੈ।
ਮੇਰੀ ਆਪਣੀ ਫੈਮਿਲੀ ਦਾ ਵਾਕਿਆ ਹੈ ਪਿਛਲੀ ਜੁਲਾਈ ਦੇ ਅੰਦਰ, ਕਿਉਂਕਿ ਮੇਰੀ ਉਹ ਹਮੇਸ਼ਾ ਸਾਰਿਆਂ ਸੰਤਾਂ ਨਾਲ ਐਸਾ ਬੀਤਿਆ ਹੈ ਕਿ ਘਰ ਦੇ ਲੋਕ ਘੱਟ ਹੀ ਮੰਨਦੇ ਹੁੰਦੇ ਹੈ। ਹਮੇਸ਼ਾ ਮੈਨੂੰ ਇਹ ਕਿਹਾ ਕਿ ਕਿਰਪਾਲ ਨੇ ਤੇਰੇ ਸਿਰ ਤੇ ਜਾਦੂ ਕਰ ਦਿੱਤਾ, ਕਿਉਂਕਿ ਮੈਂ ਕਾਫੀ ਸਾਰੀ ਜਾਇਦਾਦ ਛੱਡ ਦਿੱਤੀ ਸੀ ਉਹਨਾਂ ਦੇ ਕਹਿਣ ਤੇ, ਔਰ ਇਹ ਉਹਨਾਂ ਦੇ ਦਿਮਾਗ ਚ ਆਈ ਵਾਰ ਵਾਰ ਕਿ ਇਹਦੇ ਉੱਪਰ ਕੋਈ ਜਾਦੂ ਤੋੜ ਦਿੱਤਾ। ਮੈਂ ਕਦੇ ਕਦੇ ਹੱਸ ਕੇ ਕਹਿੰਦਾ ਸਾਂ ਵੀ ਉਹ ਕਿਹੜਾ ਜਾਇਦਾਦ ਲੈ ਗਿਆ, ਉਹ ਪਈ ਹੈ। ਔਰ ਹਮੇਸ਼ਾ ਉਹਨਾਂ ਨੇ ਵਿਰੋਧਤਾ ਕਰਨੀ, ਆਖਿਰ ਇੱਥੋਂ ਤੱਕ ਵਿਰੋਧਤਾ ਵੱਧ ਗਈ ਕਿ ਮੈਂ ਉਹਨਾਂ ਨਾਲ ਜੋ ਦੁਨਿਆਵੀ ਰਿਸ਼ਤਾ ਸੀ ਉਹ ਖਤਮ ਕਰ ਦਿੱਤਾ, ਉਹਨਾਂ ਨਾਲ ਬਿਲਕੁਲ ਮਿਲਣਾ ਵਰਤਣਾ ਛੱਡ ਦਿੱਤਾ। ਲੇਕਿਨ ਇਹ ਜ਼ਰੂਰ ਕਿਹਾ ਕਿ ਮੇਰੇ ਗੁਰੂ ਦੇਵ ਕਹਿੰਦੇ ਸੀ ਕਿ ਸਤਸੰਗੀ ਦੇ ਸੰਤ ਪਸ਼ੂ ਪੰਛੀ ਤੱਕ ਸੰਭਾਲ ਕਰਦੇ ਹੈ, ਤੁਸੀਂ ਇਨਸਾਨ ਦੇ ਜਾਮੇ ਵਿੱਚੋਂ ਤੁਹਾਡੀ ਉਹ ਮਹਾਨ ਹਸਤੀ ਸੰਭਾਲ ਜ਼ਰੂਰ ਕਰੇਗੀ। ਜੁਲਾਈ ਦੇ ਵਿੱਚ ਮੇਰਾ ਭਾਈ ਬੜਾ ਬਿਮਾਰ ਨਹੀਂ ਸੀਗਾ, ਅਚਾਨਕ ਝੋਲਾ ਛੱਡਣ ਲੱਗਿਆ, ਕਹਿਣ ਲੱਗਿਆ ਕਸਾਈਆਂ ਨੇ ਫੜ ਲਿਆ, ਚਾਰ ਕਸਾਈ ਹੈ ਮੇਰੇ ਦੁਆਲੇ। ਤੁਸੀਂ ਹੁਣ ਸੋਚ ਸਕਦੇ ਹੋ ਕਸਾਈ ਕੌਣ ਸਨ ਬਈ, ਕਿਉਂ ਆਏ, ਅਚਾਨਕ ਹੀ ਆਵਾਜ਼ ਦਿੱਤੀ, ਕਸਾਈਆਂ ਨੇ ਪਕੜ ਲਿਆ ਔਰ ਮਿੰਟ ਸਕਿੰਟ ਵੀ ਦੀ ਮੇਰੇ ਗੁਰੂ ਦੇਵ ਦਾ ਨਾਮ ਲਿਆ ਕਿ ਕਿਸ ਤਰ੍ਹਾਂ ਉਹ ਆਏ ਹੈ, ਔਰ ਮਰਨ ਲੱਗਿਆ ਇਹ ਕਹਿ ਗਿਆ ਕਿ ਹੁਣ ਤੁਸੀਂ ਜਾ ਕੇ ਨਾਮ ਲਓ ਅਜੈਬ ਸਿੰਘ ਤੋਂ। ਤੁਸੀਂ ਸੋਚ ਕੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਉਹ ਮਹਾਨ ਹਸਤੀ ਨੇ ਆ ਕੇ ਉਹਨੂੰ ਛੱਡਿਆ ਔਰ ਛਡਾਇਆ। ਇਸੇ ਤਰ੍ਹਾਂ ਸਾਡੇ ਉੱਥੇ ਆਸ਼ਰਮ ਦੇ ਵਿੱਚ ਇੱਕ ਸਰਦਾਰ ਵਿਰਕ ਸੇਵਾਦਾਰ ਹੈ, ਸੇਵਾ ਕਰਦਾ ਹੈ ਸੰਗਤ ਦੀ। ਉਹ ਕਾਫੀ ਪਹਿਲਾਂ ਖੁਦ ਵੀ ਪਰੇਸ਼ਾਨ ਸੀ, ਹੋਰ ਲੋਕਾਂ ਨੂੰ ਵੀ ਲੜਾਈ ਝਗੜੇ ਦੇ ਵਿੱਚ ਪਰੇਸ਼ਾਨ ਕਰਦਾ ਸੀਗਾ, ਉਹਦੇ ਪਿਤਾ ਦੀ ਵੀ ਇਹੀ ਹਾਲਤ ਉਹ ਦੱਸਦਾ ਹੁੰਦਾ ਹੈ। ਜਦ ਅੰਤ ਸਮਾਂ ਆਇਆ ਉਹਦੇ ਪਿਤਾ ਦਾ, ਉਹ ਕਹਿ ਕੇ ਦੇਖ ਲੋਹੇ ਦੇ ਸਰੀਏ ਮੇਰੇ ਢੂਹੀ ਤੇ ਲਾ ਰਹੇ ਹੈ। ਉਹ ਕਹਿੰਦਾ ਅਸੀਂ ਦੋ ਭਰਾ ਸੀ, ਕੋਲੇ ਖੜੇ ਸੀਗੇ, ਦੇਖਿਆ ਉਹ ਢੂਹੀ ਵਾਕਈ ਉਸੇ ਤਰ੍ਹਾਂ ਲਾਸਾਂ ਸੜੀਆਂ ਦੇਖੀਆਂ। ਔਰ ਕੁਛ ਦਿਨਾਂ ਬਾਅਦ ਉਹਦੀ ਮਾਤਾ ਦੀ ਮੌਤ ਹੋਈ, ਜਿਹੜੀ ਕਿ ਨਾਮ ਲੇਵਾ ਸੀ। ਉਹ ਕਹਿੰਦੀ ਭਾਈ ਛਿੜਕਾਅ ਕਰ ਦਿਓ, ਮੇਰੇ ਗੁਰੂ ਆ ਰਹੇ ਹੈ। ਔਰ ਉਹਨੇ ਇਹ ਵੀ ਕਿਹਾ ਸਾਨੂੰ ਨੀ ਦੀਦਾ। ਉਹ ਕਹਿਣ ਲੱਗੇ ਤੁਹਾਨੂੰ ਉਹ ਅੱਖਾਂ ਨਹੀਂ, ਤੁਸੀਂ ਦੇਖ ਲਓ ਇੱਕ ਘਰ ਦੇ ਵਿੱਚ ਮੀਆਂ ਬੀਬੀ ਦਾ ਸਾਵਣ ਕਹਿੰਦੇ ਹੁੰਦੇ ਸੀ, ਮੀਆਂ ਬੀਬੀ ਦਾ ਇੱਕੋ ਜਿਹਾ ਕਰਮ ਨਹੀਂ ਹੁੰਦਾ ਗਾ। ਇਸ ਵਾਸਤੇ ਆਪ ਕਹਿੰਦੇ ਆ ਕਿ ਜਿਨ੍ਹਾਂ ਨੇ ਸਾਹੇ ਦੇ ਮੁਤਾਬਕ ਤਿਆਰੀ ਨਹੀਂ ਕੀਤੀ ਉਹਨਾਂ ਨੂੰ ਤਕਲੀਫ ਹੁੰਦੀ ਹੈ। ਪ੍ਰੀਤ ਸਾਹਿਬ ਬੜੇ ਪਿਆਰ ਨਾਲ ਕਹਿੰਦੇ ਹੈ, ਲੇਕਿਨ ਛੱਡਦਾ ਕਿਸੇ ਨੂੰ ਵੀ ਨਹੀਂ। ਠੀਕ ਹੈ, ਅਸੀਂ ਆਪਦੇ ਜੀਵਨ ਕਾਲ ਦੇ ਵਿੱਚ ਕਹਿੰਦੇ ਹਾਂ ਗੁਰੂ ਦੀ ਕੀ ਜ਼ਰੂਰਤ ਹੈ, ਨਾਮ ਦੀ ਕੀ ਜ਼ਰੂਰਤ ਹੈ। ਅਸੀਂ ਲਾਪਰਵਾਹ ਹੋਏ ਜ਼ਰੂਰ ਫਿਰਦੇ ਹਾਂ, ਲੇਕਿਨ ਅਜਰਾਇਲ ਜੋ ਫਰਿਸ਼ਤਾ ਹੈ, ਮੌਤ ਦਾ ਦੇਵਤਾ, ਉਹ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਅਗਰ ਪਹਿਲਾਂ ਤਿਆਰੀ ਨਹੀਂ ਤਾਂ ਫਿਰ ਅਸੀਂ ਉਸ ਵੇਲੇ ਮੁਸ਼ਕਲ ਹੁੰਦੀ ਹੈ। ਮਾਤਾ ਪਿਤਾ ਨੂੰ ਭੈਣ ਭਰਾਵਾਂ ਨੂੰ ਛੱਡਦਾ ਉਹ ਆਤਮਾ ਰੋਂਦੀ ਹੈ, ਔਰ ਮਾਤਾ ਪਿਤਾ ਭੈਣ ਭਰਾ ਅਦਾਲੇ ਖੜੇ ਰੋਂਦੇ ਹੈ। ਕਬੀਰ ਸਾਹਿਬ ਕਹਿੰਦੇ ਆ, ਦੇਖ ਵੀ ਪਿਆਰਿਆ ਜਦ ਤੂੰ ਸੰਸਾਰ ਵਿੱਚ ਆਇਆ ਸੀਗਾ ਉਸ ਵੇਲੇ ਤੂੰ ਰੋਂਦਾ ਸੀ, ਕਿਉਂਕਿ ਤੇਰੀ ਲਿਵ ਪਰਮਾਤਮਾ ਨੂੰ ਟੁੱਟੀ ਹੋਈ ਸੀ। ਅਗਰ ਜੇ ਅਸੀਂ ਇਹੋ ਜਿਹੀ ਕਰਨੀ ਕਰੀਏ ਕਿ ਘਰ ਵਾਲੇ ਕੋਲੇ ਬੈਠੇ ਹੰਝੂ ਸਿੱਟਣ, ਭੈਣ ਭਰਾ ਰਿਸ਼ਤੇਦਾਰ ਹੰਝੂ ਸਿੱਟਣ, ਔਰ ਤੇਰੇ ਦਿਲ ਅੰਦਰ ਖੁਸ਼ੀ ਆਵੇ, ਹੱਸ ਕੇ ਜਾਵੇ, ਜਬ ਤੁਮ ਆਏ ਜਗਤ ਮੈਂ ਔਰ ਜਗ ਹੱਸਿਆ ਤੁਮ ਰੋਏ, ਐਸੀ ਕਰਨੀ ਕਰ ਚੱਲੋ ਤੁਮ ਹੱਸੋ ਜਗ ਰੋਏ। ਹਾਂਜੀ, ਸਾਰੇ ਲਿਖੇ ਨਾ ਚਲਨੀ ਜਿੰਦੂ ਸਮਝਾਏ, ਜਿੰਦ ਬਾਟੀ ਮਰਨ ਵਾਰ ਲੈ ਜਾਸੀ ਪਰਣਾਏ। ਜਿਸ ਤਰ੍ਹਾਂ ਲੜਕੀ ਨੂੰ ਜਿੱਥੇ ਉਹਦਾ ਮੰਗਣਾ ਸਾਹਾ ਧਰਿਆ ਹੁੰਦਾ ਹੈ ਉਹ ਜ਼ਰੂਰ ਲਿਜਾਂਦੇ ਹੈ,
ਇਸੇ ਤਰ੍ਹਾਂ ਸਾਡੀ ਆਤਮਾ ਦਾ ਜੋ ਟਾਈਮ ਮੁਕਰਰ ਹੈ ਉਹ ਦੇਵਤਾ ਮੌਤ ਦਾ ਫਰਿਸ਼ਤਾ ਉਹ ਜ਼ਰੂਰ ਆਉਂਦਾ ਹੈ, ਉਹ ਲੈ ਜਾਂਦਾ ਹੈ, ਇਹ ਰੋਂਦੀ ਹੈ, ਦੁੱਖ ਉਠਾਉਂਦੀ ਹੈ, ਲੇਕਿਨ ਉਸ ਵੇਲੇ ਕੋਈ ਸਹਾਰਾ ਦੇਣ ਵਾਲਾ ਨਜ਼ਰ ਵਿੱਚ ਨਹੀਂ ਆਉਂਦਾ ਗਾ। ਇਸੇ ਤਰ੍ਹਾਂ ਜਦ ਸਾਡੀ ਆਤਮਾ ਇਹ ਸਰੀਰ ਦੇ ਅੰਦਰੋਂ ਦੁੱਖ ਔਰ ਤਕਲੀਫ ਦੇ ਨਾਲ ਨਿਕਲਦੀ ਹੈ, ਆਮ ਅੱਖਾਂ 'ਚ ਪਾਣੀ ਆਪਣੇ ਆਪ ਹੀ ਵਹਿ ਤੁਰਦਾ ਹੈ। ਤੁਲਸੀ ਸਾਹਿਬ ਨੇ ਕਿਹਾ ਸੀ, ਲੱਗੇ ਟਿਕਟਿਕੀ ਦਿਸੇ ਨਾ ਪਾਈ, ਵਹਾਂ ਸਮੇਂ ਕੀ ਕੌਣ ਸੁਣਾਈ। ਬਾਹਰੋਂ ਭੈਣ ਭਰਾਵਾਂ ਦੇ ਵਿਛੋੜੇ ਦਾ ਦੁੱਖ ਹੈ, ਅੰਦਰ ਦਾ ਹਾਲ ਦੱਸ ਨਹੀਂ ਸਕਦਾ ਗਾ ਕਿ ਮੈਨੂੰ ਕਿੰਨੀ ਦੁੱਖ ਹੈ, ਕਿੰਨਾ ਮੈਨੂੰ ਤਕਲੀਫ ਹੈ। ਨਿਗਾਹ ਲੱਗਦੀ ਹੈ, ਅੱਖ ਫਰਕ ਨੂੰ ਹਟ ਜਾਂਦੀ ਹੈ, ਘਰਦੇ ਕਹਿੰਦੇ ਆ, ਡਾਕਟਰ ਵੀ ਕਹਿੰਦੇ ਆ, ਹੁਣ ਤਾਂ ਥੋੜ੍ਹੇ ਚਿਰ ਦਾ ਹੀ ਹੈ, ਤੁਸੀਂ ਘਰੇ ਲਿਜਾ ਸਕਦੇ ਹੋ। ਸੋ ਇਸ ਵਾਸਤੇ ਆਪ ਕਹਿੰਦੇ ਆ ਕਿ ਜਿਸ ਤਰ੍ਹਾਂ ਉਹ ਲੜਕੀ ਦੀ ਮਿਸਾਲ ਦੁਨਿਆਵੀ ਮਿਸਾਲ ਦੇ ਕੇ ਆਪ ਨੇ ਸਮਝਾਈ ਹੈ ਜੀ। ਕਹਿੰਦੇ ਹੈ ਸਿਆਣੇ ਉਹੀ ਹੈ ਜਿਹੜੇ ਵਕਤ ਦੀ ਕਦਰ ਕਰਦੇ ਹੈ, ਵਕਤ ਦੇ ਅੰਦਰ ਉਸ ਮੌਤ ਤੋਂ ਬਚਣ ਦਾ ਇੰਤਜ਼ਾਮ ਕਰਦੇ ਹੈ। ਮੌਤ ਤੋਂ ਅਸੀਂ ਕਿਸ ਤਰ੍ਹਾਂ ਬਚ ਸਕਦੇ ਹਾਂ? ਆਪ ਕਹਿਣ ਲੱਗੇ ਕਿ ਜਿਸ ਤਰ੍ਹਾਂ ਸਾਨੂੰ ਮੌਤ ਸੱਚੀ ਮਿੱਚੀ ਆਉਂਦੀ ਹੈ, ਉਦੋਂ ਵੀ ਅਸੀਂ ਆਮ ਤੌਰ ਦੇ ਉੱਤੇ ਦੇਖਦੇ ਹਾਂ, ਪਹਿਲਾਂ ਪੈਰ ਸੁੰਨ ਹੁੰਦੇ ਹੈ, ਗੋਡਿਆਂ ਤੱਕ ਅਸੀਂ ਕਹਿੰਦੇ ਹਾਂ ਪੈਰਾਂ 'ਚ ਤਾਂ ਹੁਣ ਕੁਛ ਨਹੀਂ ਗਾ, ਬੇਸ਼ੱਕ ਚੁੰਡੀ ਵੱਢੋ ਕੋਈ ਦਰਦ ਨਹੀਂ ਗਾ, ਆਖਿਰ ਕਹਿੰਦੇ ਆ ਇੱਥੋਂ ਤੱਕ ਲੱਕ ਤੱਕ ਧੜ ਸੁੰਨ ਹੋ ਗਿਆ ਹੈ, ਕਹਿੰਦੇ ਆ ਇੱਥੇ ਤੱਕ ਹੁਣ ਜਾਨ ਹੈ ਨਹੀਂ, ਬਾਹਾਂ ਤੋਂ ਪਿੱਛੇ ਖੂਨ ਹਟਣਾ ਸ਼ੁਰੂ ਹੋ ਜਾਂਦਾ ਹੈ, ਨਬ ਛੁੱਟ ਜਾਂਦੀ ਹੈ, ਕਹਿੰਦੇ ਆ ਵੀ ਹੁਣ ਤਾਂ ਲੱਤਾਂ 'ਚ ਵੀ ਨਹੀਂ, ਆਖਰ ਧੜ ਦੇ ਵਿੱਚੋਂ ਵੀ ਹੌਲੀ ਹੌਲੀ ਉੱਪਰ ਨੂੰ ਜਾਂਦੀ ਹੈ, ਆਖਰ ਗਲ ਦੇ ਵਿੱਚ ਆ ਕੇ ਘੋਲੜੂ ਜਿਹਨੂੰ ਵੱਜਣਾ ਕਹਿੰਦੇ ਹੈ, ਘੁੰਗਰੂ ਵੱਜਣਾ ਕਹਿੰਦੇ ਹੈ, ਜਦੋਂ ਉਹ ਬੋਲਦਾ ਹੈ ਅਸੀਂ ਕਹਿੰਦੇ ਹਾਂ ਹੁਣ ਤਾਂ ਸਿਰਫ ਕਾਫੀ ਬੋਲਦੀ ਹੈ, ਲੇਕਿਨ ਗੁਰੂ ਨਾਨਕ ਦੇਵ ਮਹਾਰਾਜ ਬੜੇ ਪਿਆਰ ਨਾਲ ਕਹਿੰਦੇ, ਉਸ ਵੇਲੇ ਵੀ ਅਗਰ ਇਨਸਾਨ ਕਿਸੇ ਪੂਰੇ ਗੁਰੂ ਨੂੰ ਯਾਦ ਕਰੇ ਤਾਂ ਉਹ ਆ ਕੇ ਇਹਦੀ ਸੰਭਾਲ ਕਰਦਾ ਹੈ, ਨਾਮ ਦੀ ਸੁਰਤ ਉਦੋਂ ਵੀ ਆਵੇ ਤੇ ਉਹ ਉਹਦੀ ਸੰਭਾਲ ਕਰਦਾ ਹੈ। ਸੋ ਇਸ ਵਾਸਤੇ ਮਹਾਤਮਾ ਸਾਨੂੰ ਪਿਆਰ ਦੇ ਨਾਲ ਦੱਸਦੇ ਹੈ ਕਿ ਚੰਗਾ ਇਹ ਸੀ ਜੇ ਪਹਿਲਾਂ ਹੀ ਇਸ ਦੀ ਤਿਆਰੀ ਕੀਤੀ ਹੁੰਦੀ। ਗੁਰੂ ਨਾਨਕ ਕਹਿੰਦੇ ਹੈ, ਮੂਆ ਜਿੱਤ ਕਰ ਜਾਵਣਾ ਜੀਵਦਿਆਂ ਮਰ ਮਾਰ, ਭਰਾਵਾ ਜਿੱਥੇ ਮਰ ਕੇ ਜਾਣਾ ਹੈ ਤੂੰ ਜਿੰਦੇ ਜੀ ਉੱਥੇ ਕਿਉਂ ਨਹੀਂ ਜਾਵੜਦਾ ਗਾ ਜੀ। ਕਿ ਦੇਖ ਪਿਆਰਿਆ, ਜਿਸ ਰਸਤੇ ਤੈਂ ਜਾਣਾ ਹੈ ਉਹ ਬਹੁਤ ਬਰੀਕ ਹੈ, ਖੰਡੇ ਨਾਲੋਂ ਤਿੱਖਾ ਹੈ, ਵਾਲ ਨਾਲੋਂ ਬਰੀਕ ਹੈ, ਦੁੱਖਾਂ ਔਰ ਮੁਸੀਬਤਾਂ ਦਾ ਭਰਿਆ ਹੋਇਆ ਹੈ, ਔਰ ਫਿਰ ਆਪ ਅਫਸੋਸ ਕਰਦੇ ਹੈ ਕਿ ਮੈਨੂੰ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਸੰਤਾਂ ਮਹਾਤਮਾ ਨੇ ਬੜੇ ਆ ਕੇ ਹੋਕੇ ਦਿੱਤੇ ਕਿ ਤੁਸੀਂ ਜਾਗੋ, ਕਿਉਂ ਪਿਛੇ ਵਿਕਾਰਾਂ ਦੇ ਅੰਦਰ ਦੁਨੀਆਂ ਦੇ ਇੰਦਰੀਆਂ ਦੇ ਭੋਗਾਂ ਵਿੱਚ ਆਪਣੇ ਜੀਵਨ ਨੂੰ ਬਰਬਾਦ ਕਰੀ ਜਾਂਦੇ ਹੋ, ਤੂੰ ਉਹਨਾਂ ਮਹਾਤਮਾ ਦੀ ਮਾਲਕ ਦੇ ਪਿਆਰਿਆਂ ਦੀ ਆਵਾਜ਼ ਨਹੀਂ ਸੁਣਦਾ ਗਾ। ਫਰੀਦ ਸਾਹਿਬ ਬੜੇ ਪਿਆਰ ਨਾਲ ਦੱਸਦੇ ਹੈ, ਖੰਨਿਓ ਤਿੱਖੀ, ਆਪ ਕਹਿੰਦੇ ਖੰਡੇ ਤੋਂ ਤਿੱਖੀ ਹੈ, ਵਾਲ ਤੋਂ ਨਿੱਕੀ ਹੈ, ਜਿੱਤ ਮਾਰਗ ਜਾਣਾ, ਤੂੰ ਐਸੇ ਰਸਤੇ ਵਿੱਚ ਦੀ ਜਾਣਾ ਹੈ ਔਰ ਅਕੇਲਾ ਹੋਏਗਾ, ਕੋਈ ਸੰਗੀ ਸਾਥੀ ਸਾਥ ਨਹੀਂ ਹੋਏਗਾ।
ਪਿਆਰ ਨਾਲ ਬਿਆਨ ਕਰਦੇ ਹੈ ਕਿ ਅਸੀਂ ਨਾਮ ਸਾਰੇ ਪ੍ਰਾਪਤ ਕਰਦੇ ਹਾਂ, ਸਤਸੰਗੀ ਬਣਦੇ ਹਾਂ, ਮਾਲਕ ਦੇ ਨਾਂ ਤੇ ਫਕੀਰ ਬਣਦੇ ਹਾਂ। ਫਕੀਰ ਉਹੀ ਹੈ, ਸੰਤ ਉਹੀ ਹੈ ਜਿਹੜਾ ਅਭਿਆਸ ਕਰਦਾ ਹੈ, ਆਪਣੀ ਸੁਰਤ ਨੂੰ ਉਸ ਮਾਲਕ ਦੇ ਦਰਬਾਰ ਵਿੱਚ ਪਹੁੰਚਾ ਦਿੰਦਾ ਹੈ, ਉਹਦੇ ਨਾਲ ਜੁੜ ਜਾਂਦਾ ਹੈ। ਸਵਾਮੀ ਜੀ ਮਹਾਰਾਜ ਕਹਿੰਦੇ ਆ, ਸੰਤ ਕਹਾ ਹਮ ਉਨਕੋ ਪਾਈ, ਸੱਤ ਲੋਕ ਜਿਨ ਸੁਰਤ ਪਟਾਹੀ। ਜਿਹਨੇ ਆਪਣੀ ਸੁਰਤ ਸੱਤ ਲੋਕ ਦੇ ਵਿੱਚ ਪਹੁੰਚਾਤੀ ਹੈ। ਕਬੀਰ ਸਾਹਿਬ ਕਹਿੰਦੇ ਆ, ਰਾਮ ਸੰਤ ਨੇ ਭੇਦ ਕੁਛ ਨਾਹੀ, ਉਹਨੇ ਆਤਮਾ ਔਰ ਪਰਮਾਤਮਾ ਦੀ ਖੋਜ ਕਰ ਲਈ, ਪਰਮਾਤਮਾ ਰੂਪ ਹੋ ਜਾਂਦਾ ਹੈ। ਇਸ ਵਾਸਤੇ ਆਪ ਕਹਿਣ ਲੱਗੇ ਕਿ ਜਦ ਅਸੀਂ ਭਗਤੀ ਮਾਰਗ ਦੇ ਵਿੱਚ ਨਿਕਲੇ ਹੁੰਦੇ ਹਾਂ, ਦਰਵੇਸ਼ੀ ਫਕੀਰੀ ਧਾਰਨ ਕਰ ਲੈਂਦੇ ਹਾਂ, ਕਿ ਅਸੀਂ ਜ਼ਰੂਰ ਅਭਿਆਸ ਕਰਾਂਗੇ, ਨਾਮ ਜਪਾਂਗੇ, ਦੁਨੀਆਦਾਰੀ ਦੇ ਵਿੱਚ ਅਸੀਂ ਨਹੀਂ ਫਸਾਂਗੇ। ਕਹਿਣ ਲੱਗੇ ਕਿ ਬੜੀ ਸ਼ਰਮ ਦੀ ਗੱਲ ਹੈ ਜਦ ਅਸੀਂ ਫਿਰ ਦੁਨੀਆਦਾਰੀ ਦੇ ਵਿੱਚ ਫਸ ਜਾਂਦੇ ਹਾਂ, ਉਸ ਮਾਰਗ ਨੂੰ ਛੱਡ ਜਾਂਦੇ ਹਾਂ। ਇਸ ਵਾਸਤੇ ਆਪ ਕਹਿੰਦੇ ਹੈ, ਅਸੀਂ ਜਿਸ ਤਰ੍ਹਾਂ ਪਹਿਲਾਂ ਦੁਨੀਆਦਾਰ ਫਿਰਦੇ ਹੁੰਦੇ ਹੈ, ਹੋਰ ਲੋਕ ਉਸੇ ਤਰ੍ਹਾਂ ਹੀ ਆ ਕੇ ਫਿਰ ਦੁਨੀਆਂ ਦੀ ਪੰਡ, ਪਾਪਾਂ ਦੀ ਪੰਡ ਸਿਰ ਤੇ ਰੱਖ ਲੈਂਦੇ ਹਾਂ। ਔਰ ਆਮ ਤੌਰ ਦੇ ਉੱਤੇ ਸਾਡੇ ਯਾਰ ਦੋਸਤ ਮਿੱਤਰ ਸਮਾਜ ਵਾਲੇ ਲੋਕ ਤਾਨੇ ਵੀ ਦਿੰਦੇ ਹੈ ਕਿ ਦੇਖ ਵੀ ਕੱਲ੍ਹ ਤਾਂ ਇਹ ਤਿਆਗੀ ਸੀ, ਘਰ ਬਾਰ ਛੱਡੀ ਫਿਰਦਾ ਸੀ, ਅੱਜ ਇਹ ਸਾਡੇ ਤਰ੍ਹਾਂ ਹੀ ਫਿਰ ਆ ਗਿਆ ਹੈ। ਦਰਵੇਸ਼ੀ ਜਿਹੜੀ ਹੈ, ਫਕੀਰੀ ਜਿਹੜੀ ਹੈ, ਇਹ ਕੋਈ ਛੋਟੀ ਜਿਹੀ ਨਹੀਂ ਹੁੰਦੀ ਗੀ, ਇਹ ਬੜੀ ਮੁਸ਼ਕਿਲ ਹੁੰਦੀ ਹੈ, ਕਾਫੀ ਸੋਚਣ ਦੀ ਲੋੜ ਹੈ। ਕਈ ਦਿਨ, ਕਈ ਮਹੀਨੇ, ਕਈ ਸਾਲ ਮੈਂ ਤਾਂ ਕਹੂੰਗਾ ਕਿ ਸੋਚਣ ਦੀ ਜ਼ਰੂਰਤ ਹੈ। ਦਰਵੇਸ਼ਾਂ ਦਾ ਜੀਵਣਾ ਰੁੱਖਾਂ ਦੀ ਜੀ ਰਾਂਦ, ਗੁਰੂ ਨਾਨਕ ਕਹਿੰਦੇ ਆ, ਫਕੀਰ ਦਾ ਦਿਲ ਰੁੱਖ ਵਰਗਾ ਹੁੰਦਾ ਹੈ, ਜਿਸ ਤਰ੍ਹਾਂ ਕੋਈ ਰੁੱਖ ਨੂੰ ਪਾਣੀ ਪਾਵੇ, ਕੋਈ ਉਸ ਨੂੰ ਕੱਟੇ, ਉਹ ਆਪਣੀ ਛਾਇਆ ਕਿਸੇ ਤੋਂ ਦੂਰ ਨਹੀਂ ਲਿਜਾਂਦਾ ਗਾ। ਹਜ਼ਰਤ ਬਾਹੂ ਕਹਿੰਦਾ ਹੈ ਕਿ ਜਿਉਂਦਿਆਂ ਮਰ ਰਹੀਏ ਤਾਂ ਵੇਸ ਫਕੀਰਾਂ ਬਹੀਏ ਹੂ। ਭਰਾਵਾ, ਸਭ ਕੁਛ ਲੋਕਾਂ ਦਾ ਸੁਣਨਾ ਪੈਂਦਾ ਹੈ, ਤਾਨੇ ਮਿਹਣੇ, ਚੁਗਲੀ ਨਿੰਦਿਆ, ਪਰਿਵਾਰ ਵਾਲਿਆਂ ਦਾ ਸਭ ਕੁਛ ਸੁਣਨਾ ਪੈਂਦਾ ਹੈ। ਕਹਿੰਦੇ ਘਰੋਂ ਪਹਿਲਾਂ ਸੋਚ ਕੇ ਚੱਲ, ਜੇ ਕੋਈ ਕੱਢੇ ਗਾਲ ਅਲਾਂਬਾ, ਜੀ ਜੀ ਉਸਨੂੰ ਕਹੀਏ, ਉਹਨੂੰ ਜੀ ਜੀ ਕਹੋ। ਜੇ ਕੋਈ ਸੱਟੇ ਗੁੱਦੜ ਕੂੜਾ ਵਾਂਗ ਅਰੂੜੀ ਹੋ ਰਹੀਏ, ਹਜ਼ਰਤ ਬਾਹੂ ਕਹਿੰਦਾ ਇਹ ਅਗਲੇ ਦੀ ਸਿੱਟਣ ਵਾਲੇ ਦੀ ਮਰਜ਼ੀ ਹੈ, ਚਾਹੇ ਉੱਥੇ ਅੰਬ ਸਿੱਟ ਜਾਵੇ, ਸੰਤਰਾ ਸਿੱਟ ਜਾਵੇ, ਜਾਂ ਉਹਨਾਂ ਦਾ ਛਿਲਕਾ ਸਿੱਟ ਕੇ ਜਾਵੇ, ਜਾਂ ਉਦੋਂ ਵੀ ਗੰਦੀ ਚੀਜ਼ ਸਿੱਟ ਕੇ ਜਾਵੇ। ਕਬੀਰ ਸਾਹਿਬ ਨੇ ਕਿਹਾ, ਕੋਈ ਆਏ ਭਾਵ ਲੈ, ਕੋਈ ਆਏ ਅਭਾਵ, ਸੰਤ ਦੋਹੂ ਕੋ ਪੋਖ ਤੇ ਭਾਵ ਨਾ ਗਿਣੇ ਅਭਾਵ। ਬਾਬਾ ਸਾਵਣ ਸਿੰਘ ਵੀ ਕਹਿੰਦੇ ਹੁੰਦੇ ਸੀਗੇ, ਕੋਈ ਸਤਸੰਗ ਸੁਣਨ ਵਾਸਤੇ ਆਉਂਦਾ ਹੈ, ਨਾਮ ਜਪਣ ਵਾਸਤੇ ਆਉਂਦਾ ਹੈ, ਆਪਣੀ ਆਤਮਾ ਨੂੰ ਖੁਰਾਕ ਦੇਣ ਵਾਸਤੇ ਆਉਂਦਾ ਹੈ, ਔਰ ਕੋਈ ਉੱਥੇ ਜੋੜੇ ਚੁੱਕਣ ਵਾਸਤੇ ਵੀ ਆ ਜਾਂਦਾ ਹੈ। ਲੇਕਿਨ ਸੰਤ ਮਹਾਤਮਾ ਦੋਨਾਂ ਨੂੰ ਹੀ ਪਿਆਰ ਨਾਲ ਦੇਖਦੇ ਹੈ, ਦੋਨਾਂ ਨਾਲ ਹੀ ਪਿਆਰ ਕਰਦੇ ਹੈ। ਉਹ ਨਹੀਂ ਦੇਖਦੇ ਕਿ ਇਹ ਕਿਸ ਕੰਮ ਨੂੰ ਆਇਆ ਹੈ। ਇਸ ਵਾਸਤੇ ਆਪ ਕਹਿੰਦੇ ਆ ਕਿ ਜਿੱਥੇ ਵੀ ਅਸੀਂ ਸਿਰ ਦੇ ਉੱਤੇ ਪਾਪਾਂ ਦੀ ਕੋਠੜੀ ਰੱਖ ਲੈਂਦੇ ਹਾਂ, ਫਿਰ ਉਸੇ ਹੋ ਜਾਂਦੇ ਹੈ ਜੈਸੇ ਕਿ ਪਹਿਲਾਂ ਸੀਗੇ। ਕੁਛ ਦਿਨ ਵਿਰਾਗ ਆਉਂਦਾ ਹੈ,
ਅਸੀਂ ਅਭਿਆਸ ਕਰਦੇ ਹਾਂ, ਰਾਤ ਨੂੰ ਉੱਠਦੇ ਹਾਂ, ਫਿਰ ਸਾਡੇ ਤੇ ਮਨ ਗਲਵਾ ਪਾ ਲੈਂਦਾ ਹੈ। ਸਵਾਮੀ ਜੀ ਮਹਾਰਾਜ ਕਹਿੰਦੇ ਹੈ, ਜੋ ਜੋ ਚੋਰ ਭਜਨ ਦੇ ਪ੍ਰਾਣੀ ਸੇ ਸੇ ਦੁੱਖ ਸਹੇ, ਆਲਸ ਨੀਂਦ ਸਤਾਵੇ ਉਨਕੋ, ਨਿਤ ਨਿਤ ਭਰਮ ਬਹੇ, ਕਾਮ ਕ੍ਰੋਧ ਕੇ ਧੱਕੇ ਖਾਵੇ, ਲੋਭ ਨਦੀ ਮੇ ਡੂਬ ਮਰੇ। ਉਹ ਕਿਸੇ ਨਾ ਕਿਸੇ ਹੋਰ ਚੀਜ਼ ਦਾ ਗੁਲਾਮ ਬਣ ਜਾਂਦਾ ਹੈ, ਕਿਉਂਕਿ ਮਨ ਨੇ ਵਿਹਲਾ ਤਾਂ ਬੈਠਣਾ ਹੀ ਨੀਗਾ। ਇਸ ਵਾਸਤੇ ਆ ਪਿਆਰ ਦੇ ਨਾਲ ਕਹਿੰਦੇ ਹੈ ਕਿ ਫਕੀਰੀ ਬੜੀ ਮੁਸ਼ਕਲ ਹੈ, ਬੜੀ ਔਖੀ ਹੈ, ਕਿਉਂਕਿ ਫਰੀਦ ਸਾਹਿਬ ਤੁਰੇ ਜਾਂਦੇ ਸੀਗੇ ਭੁੱਖ ਲੱਗੀ, ਕਿਉਂਕਿ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਤਪ ਕੀਤੇ ਸਨ। 12 ਸਾਲ ਆਪਣੇ ਜੰਗਲ ਵਿੱਚ ਫਿਰਦੇ ਰਹੇ ਸਨ, ਬਹੁਤ ਸਾਰੇ ਧੂਣੇ ਤਪਾਏ ਸਨ, ਔਰ ਜਦੋਂ ਐਸੀ ਦਸ਼ਾ ਦੇ ਵਿੱਚ ਇਨਸਾਨ ਹੋਵੇ, ਤੁਹਾਨੂੰ ਪਤਾ ਹੈ ਸਾਧੂ ਵਿਸ਼ੇ ਵਕਾਰ ਛੱਡ ਦਿੰਦੇ ਹੈ, ਬਹੁਤ ਸਾਰੇ ਐਸੇ ਮਿਲ ਜਾਂਦੇ ਹੈ, ਲੇਕਿਨ ਇਸ ਯੁੱਗ ਦੇ ਵਿੱਚ ਅੰਨ 'ਚ ਪ੍ਰਾਣ ਹੈ, ਅੰਨ ਨਹੀਂ ਛੱਡ ਸਕਦੇ ਗੇ, ਖੁਦਿਆ ਬੜੀ ਹੈ। ਫਰੀਦ ਨੇ ਇੱਕ ਜਗ੍ਹਾ ਇਸੇ ਵਾਸਤੇ ਕਿਹਾ, ਮੌਤੋਂ ਭੁੱਖ ਬੁਰੀ, ਰਾਤੀ ਸੁੱਤਾ ਖਾ ਕੇ ਤੜਕੇ ਫੇਰ ਖੜੀ। ਤੋ ਤੁਰੇ ਜਾਂਦੇ ਨੇ, ਕਿਸੇ ਤੋਂ ਖਰਬੂਜੇ ਮੰਗੇ, ਉਹ ਕਹਿਣ ਲੱਗਿਆ ਕਿ ਖਰਬੂਜੇ ਤੈਨੂੰ ਕਾਸ ਦੇ, ਚੰਗਾ ਫਕੀਰ ਹੋਇਆ ਤੂੰ, ਲੋਕਾਂ ਤੋਂ ਮੰਗਦਾ ਫਿਰਦਾ ਹੈ। ਉੱਥੋਂ ਚੁੱਪ ਕਰਕੇ ਤੁਰਿਆ ਖਮੋਸ਼ ਹੋ ਕੇ, ਲੇਕਿਨ ਉਸ ਫਕੀਰੀ ਨੂੰ ਲਾਹਣਤ ਪਾਉਂਦਾ ਹੈ ਕਿ ਅਫਸੋਸ ਹੈ, ਮੈਂ ਆਪਣਾ ਪੇਟ ਵੀ ਨਹੀਂ ਪਾਲ ਸਕਿਆ, ਅਗਰ ਮੈਂ ਕਮਾਈ ਕਰਦਾ, ਮਿਹਨਤ ਕਰਦਾ, ਆਪਣਾ ਹਰ ਸਵਾਦ ਪੂਰਾ ਕਰ ਸਕਦਾ ਸੀਗਾ, ਮੈਂ ਅਨੇਕਾਂ ਨੂੰ ਹੋਰ ਵੀ ਅੰਨ ਪਾਣੀ ਦੇ ਸਕਦਾ ਸੀਗਾ, ਮੈਂ ਜੰਗਲ ਦੇ ਵਿੱਚ ਆਇਆ ਤਾਂ ਮੈਂ ਲੋਕਾਂ ਤੋਂ ਤਾਨੇ ਮਿਹਣੇ ਚੱਲਦਾ ਹੈ। ਉਹ ਉੱਥੋਂ ਚਲਿਆ ਗਿਆ, ਮਾਲਕ ਦੀ ਮੌਜ, ਉਹ ਜਿਤਨਾ ਵੀ ਖਰਬੂਜਿਆਂ ਦਾ ਵਾੜਾ ਸੀ, ਖੇਤ ਸੀਗਾ, ਜਿਤਨੇ ਲੱਗੇ ਸੀਗੇ ਉਹ ਸਾਰੀਆਂ ਸਿਰੀਆਂ ਬਣ ਗਈਆਂ, ਬੰਦੇ ਦੇ ਸਿਰ ਹੀ ਸਿਰ ਦਿਸਣ। ਰਾਖਾ ਘਬਰਾ ਗਿਆ ਕਿ ਮਾਲਕ ਮੇਰਾ ਜਦ ਆਏਗਾ ਉਹ ਕੀ ਕਹੇਗਾ, ਕੀ ਹੋ ਗਿਆ। ਜਦ ਕੁਛ ਟਾਈਮ ਬਾਅਦ ਮਾਲਕ ਆਇਆ ਖੇਤ ਦਾ, ਉਹ ਕਹਿਣ ਲੱਗਿਆ ਵੀ ਇਹ ਕੀ ਚਾਂਸ ਹੋਇਆ ਹੈ। ਉਹ ਕਹਿਣ ਲੱਗਿਆ ਜੀ ਮੈਂ ਕੁਛ ਕਹਿ ਨਹੀਂ ਸਕਦਾ, ਇੱਥੇ ਇੱਕ ਸਾਧੂ ਫਕੀਰ ਆਇਆ ਸੀਗਾ, ਉਸਨੇ ਖਰਬੂਜੇ ਮੰਗੇ ਸੀਗੇ ਔਰ ਮੈਂ ਉਸਨੂੰ ਦਿੱਤੇ ਨਹੀਂ, ਲੇਕਿਨ ਉਹ ਕੁਛ ਨਹੀਂ ਬੋਲਿਆ, ਉਹਨੇ ਉਪ ਤੱਕ ਵੀ ਨਹੀਂ ਕੀਤੀ, ਉਹ ਆਪਣੇ ਆਪ ਨੂੰ ਲਾਹਣਤਾ ਮਾਰਦਾ ਇੱਥੇ ਚਲਿਆ ਗਿਆ ਹੈ। ਉਹ ਜ਼ਿਮੀਂਦਾਰ ਭੱਜ ਕੇ ਗਿਆ, ਕਹਿਣ ਲੱਗਿਆ ਮਹਾਰਾਜ ਜੀ ਪਤਾ ਨਹੀਂ ਕੀ ਹੋਇਆ, ਮੈਂ ਤਾਂ ਜ਼ਮੀਨ ਵੀ ਠੇਕੇ 'ਤੇ ਲਈ ਸੀ, ਕਿਰਾਏ 'ਤੇ ਲਈ ਸੀ, ਨੌਕਰ ਰੱਖੇ ਸੀ, ਮੈਂ ਭੁੱਖਾ ਮਰ ਜਾਊਂਗਾ, ਤੁਸੀਂ ਦਇਆ ਮਿਹਰ ਕਰੋ। ਉਹ ਹੱਸ ਪਏ, ਕਹਿਣ ਲੱਗੇ ਵੀ ਦੇਖ ਸੱਜਣਾ ਤੂੰ ਜਾ ਕੇ ਤਾਂ ਦੇਖ, ਐਵੇਂ ਤੈਨੂੰ ਉਹ ਲੱਗਿਆ ਔਰ ਉਹ ਖਰਬੂਜੇ ਹੀ ਬਣੇ ਪਏ ਹੋਣਗੇ। ਜਦ ਉੱਥੇ ਫੇਰ ਉਹ ਆਇਆ, ਆਉਂਦੇ ਨੂੰ ਸਾਰੇ ਖਰਬੂਜੇ ਸਨ, ਪਰ ਫਰੀਦ ਸਾਹਿਬ ਕਹਿਣ ਲੱਗੇ ਇਹ ਧਿਆਨ ਰੱਖੀ, ਇੱਕ ਉਹਨਾਂ ਦੇ ਵਿੱਚੋਂ ਸਿਰ ਦੀ ਸ਼ਕਲੀ ਰਹੇਗੀ। ਉਹ ਕਹਿਣ ਲੱਗਿਆ ਮਹਾਰਾਜ ਐਸਾ ਕਿਉਂ ਹੋਇਆ, ਉਹ ਸਿਰੀਆਂ ਕਿਉਂ ਬਣੀਆਂ। ਉਹ ਕਹਿੰਦੇ ਵੀ ਇਹ ਤਾਂ ਤੂੰ ਉਸੇ ਤੋਂ ਚਾਂਸ ਪੁੱਛੀ ਜਿਹੜਾ ਸਿਰ ਉੱਥੇ ਰਹਿ ਜਾਏਗਾ। ਉਸਨੇ ਉਸ ਖੇਤ ਦੇ ਵਿੱਚੋਂ ਆਇਆ, ਸਾਰੇ ਖਰਬੂਜ਼ੇ ਬਣੇ ਸਨ, ਉਸ ਨੂੰ ਦੇਖਦਾ ਰਿਹਾ ਕਿਉਂ, ਔਰ ਆਖਰ ਉਹਨੇ ਕਿਹਾ ਸੀਗਾ ਕਿ ਉਹ ਬੋਲੇਗਾ ਜਾਂ ਤੂੰ ਬੁਲਾਏਗਾ। ਉਸਨੇ ਕਿਹਾ ਕਿਉਂ ਵੀ ਸੱਜਣੋ ਮੈਨੂੰ ਦੱਸ ਕੀ ਹਾਲਤ ਹੈ, ਐਸਾ ਕਿਉਂ ਹੋਇਆ। ਉਹ ਕਹਿਣ ਲੱਗੇ ਦੇਖ, ਆ ਜਿਤਨੇ ਵੀ ਖਰਬੂਜੇ ਸਨ ਸਾਡੇ ਉੱਤੇ ਪਰਮਾਤਮਾ ਮਿਹਰਬਾਨ ਹੋਇਆ, ਉਹ ਬੜੀ ਅੱਛੀ ਕਮਾਈ ਵਾਲਾ ਸਾਧੂ ਫਕੀਰ ਸੀਗਾ, ਨਾਮ ਦਾ ਰਸੀਆ ਸੀਗਾ, ਪਰਮਾਤਮਾ ਨੇ ਸਾਨੂੰ ਇਹ ਮੌਕਾ ਦਿੱਤਾ ਸੀਗਾ, ਅਸੀਂ ਇਸ ਵਾਸਤੇ ਸਿਰ ਬਣੇ ਸੀਗੇ ਕਿ ਅਸੀਂ ਥੋੜ੍ਹੇ ਬਹੁਤੇ ਵੀ ਅਗਰੇ ਦੀ ਰਸਨਾ ਦੇ ਉੱਤੇ ਥੋੜ੍ਹੇ ਜਿਹੇ ਚੜ੍ਹ ਜਾਈਏ ਅਤੇ ਸਾਡੀ ਸਭ ਦੀ ਮੁਕਤੀ ਹੋ ਜਾਵੇ। ਮਹਾਰਾਜ ਸਾਵਣ ਸਿੰਘ ਕਹਿੰਦੇ ਹੁੰਦੇ ਸੀ ਕਿ ਪਰਮਾਤਮਾ ਦੀ ਤਰਫੋਂ ਮਹਾਤਮਾ ਨੂੰ ਕੰਸੈਕਸ਼ਨ ਹੁੰਦਾ ਹੈ, ਉਹ ਜਿਸ ਪਸ਼ੂ ਦੇ ਉੱਤੇ ਸਵਾਰੀ ਕਰਨ ਉਹ 84 'ਚ ਨਹੀਂ ਜਾਂਦਾ, ਇਨਸਾਨੀ ਜਾਮੇ ਦੇ ਵਿੱਚ ਆਉਂਦਾ ਹੈ। ਜਿਸ ਦਰਖਤ ਦਾ ਫਲ ਖਾਣ ਉਸਨੂੰ ਵੀ ਇਹ ਕੰਸੈਕਸ਼ਨ ਮਿਲਦੀ ਹੈ ਔਰ ਰਹਿਤ ਮਿਲਦੀ ਹੈ, ਇਨਸਾਨੀ ਜਾਮੇ ਤੋਂ ਥੱਲੇ ਨਹੀਂ ਜਾਂਦਾ, 84 'ਚ ਨਹੀਂ ਜਾਂਦਾ ਗਾ, ਜਿਸ ਨਾਲ ਜੋ ਵੀ ਕੋਈ ਵਾਹ ਪਿਆ
ਉਸ ਨੂੰ ਜ਼ਰੂਰ ਇਹ ਰਹਿਤ ਮਿਲਦੀ ਹੈ ਭਗਵਾਨ ਦੀ ਤਰਫੋਂ। ਇਸ ਵਾਸਤੇ ਭਗਵਾਨ ਨੇ ਮਿਹਰ ਕੀਤੀ ਵੀ ਅਗਰ ਇਹ ਥੋੜ੍ਹਾ ਬਹੁਤਾ ਵੀ ਕਦੀ ਫਾੜੀਏ ਦੀ ਰਸਨਾ ਤੇ ਚਲੇ ਜਾਈਏ ਅਸੀਂ ਮੁਕਤ ਹੋ ਜਾਈਏ। ਔਰ ਕਈ ਵਾਰੀ ਅਸੀਂ ਜ਼ਿੰਦਗੀ ਦੇ ਵਿੱਚ ਖਰਬੂਜੇ ਬਣੇ, ਤੁਹਾਡੇ ਲੋਕਾਂ ਦੇ ਪੇਟ ਵਿੱਚ ਜਾ ਕੇ ਅਸੀਂ ਹਜ਼ਮ ਹੋਏ। ਕਈ ਵਾਰੀ ਤੂੰ ਬਣਿਆ, ਤੈਨੂੰ ਅਸੀਂ ਬਾਜ਼ਾਰ ਦੇ ਵਿੱਚ ਵੇਚਦੇ ਰਹੇ, ਤੂੰ ਲੋਕਾਂ ਦੇ ਮੇਧੇ ਜਾਂਦਾ ਰਿਹਾ। ਇਹ ਤਾਂ ਇੱਕ ਬੜਾ ਸੋਹਣਾ ਮੌਕਾ ਪਰਮਾਤਮਾ ਨੇ ਦਿੱਤਾ ਹੋਇਆ ਸੀਗਾ, ਔਰ ਉਹ ਬੜੇ ਪਛਤਾਏ ਕਿ ਹੁਣ ਅਗਰ ਉਹ ਫਕੀਰ ਮਿਲੇ ਤਾਂ ਅਸੀਂ ਜ਼ਰੂਰ ਉਸ ਤੋਂ ਅੰਦਰਲਾ ਭੇਦ ਲਈਏ, ਅਸੀਂ ਵੀ ਅੰਦਰ ਜਾ ਕੇ ਆਪਦੇ ਜੀਵਨ ਨੂੰ ਸਫਲ ਕਰੀਏ। ਤਾਂ ਉਸ ਮਾਲਕ ਦੇ ਪਿਆਰੇ ਮਹਾਤਮਾ ਆਪਦੇ ਪਿਆਰ ਦੇ ਨਾਲ ਦੱਸਦੇ ਹੈ ਕਿ ਫਕੀਰੀ ਜਿਹੜੀ ਹੈ ਇਹ ਕੋਈ ਛੋਟੀ ਜਿਹੀ ਗੱਲ ਨਹੀਂ, ਸੌਖੀ ਜਿਹੀ ਨਹੀਂ। ਔਰ ਆਪ ਕਹਿਣ ਲੱਗੇ ਕੁਦਰਤ ਦੇ ਨਿਯਮਾਂ ਦੇ ਮੁਤਾਬਕ ਜੀਵਨ ਢਾਲਣਾ ਹੈ। ਫਕੀਰ ਉਹੀ ਹੈ ਜਿਹਨੂੰ ਪਰਮਾਤਮਾ ਨੇ ਸਭ ਕੁਛ ਦਿੱਤਾ ਹੈ, ਲੇਕਿਨ ਉਹ ਫਿਰ ਵੀ ਜਾਪ ਦੇ ਅੰਦਰ, ਸਬਰ ਦੇ ਅੰਦਰ ਹੈ। ਬੜੇ ਬੜੇ ਮਹਾਤਮਾ ਉੱਚ ਕੋਟੀ ਦੇ ਆਏ, ਉਹਨਾਂ ਨੂੰ ਸੰਸਾਰ ਨੇ ਬੜੇ ਕਸ਼ਟ ਦਿੱਤੇ, ਲੇਕਿਨ ਉਹਨਾਂ ਨੇ ਫਿਰ ਵੀ ਕਿਸੇ ਨੂੰ ਬਦਦੁਆ ਨਹੀਂ ਦਿੱਤੀ, ਬਲਕਿ ਫਾਇਦਾ ਕੀਤਾ। ਕਬੀਰ ਸਾਹਿਬ ਕਹਿੰਦੇ ਹੈ ਕਿ ਸਾਧੂ ਸਿਵ ਝਗੜਾ ਭਲਾ, ਔਰ ਮਨਮੁਖ ਸੇ ਨਹੀਂ ਪਿਆਰ। ਉਹ ਕਹਿੰਦੇ ਜਿਹੜੇ ਪਰਮਾਤਮਾ ਦੀ ਭਗਤੀ ਨਹੀਂ ਕਰਦੇ ਉਹਨਾਂ ਨਾਲ ਤਾਂ ਪਿਆਰ ਕਰਨਾ ਵੀ ਸਾਡੇ ਘਾਟੇਬੰਦ ਹੈ, ਉਹਨਾਂ ਦਾ ਪਿਆਰ ਸਾਨੂੰ 84 ਚ ਲੈ ਜਾਏਗਾ। ਸਾਧੂ ਦੇ ਨਾਲ ਬੇਸ਼ੱਕ ਅਸੀਂ ਝਗੜਦੇ ਵੀ ਹੈ, ਕਿਉਂਕਿ ਪਰਮਾਤਮਾ ਹੋਰ ਦਇਆ ਭੇਜਦਾ ਹੈ। ਸਾਧੂ ਦਾ ਜਿਹੜਾ ਕ੍ਰੋਧ ਵੀ ਹੈ ਉਹ ਵੀ ਕਹਿੰਦੇ ਕਿ ਦੁੱਧ ਦੇ ਅਵਾਲੇ ਦੀ ਤਰ੍ਹਾਂ ਹੀ ਹੁੰਦਾ ਹੈ, ਦੁਨੀਆਂ ਦਾ ਕ੍ਰੋਧ ਘਾਤੀ ਹੁੰਦਾ ਹੈ। ਸਾਧੂ ਦੇ ਕ੍ਰੋਧ ਦੇ ਵਿੱਚੋਂ ਵੀ ਸਾਨੂੰ ਦਇਆ ਪ੍ਰਾਪਤ ਹੁੰਦੀ ਹੈ, ਦਾਤੀ ਹੁੰਦਾ ਹੈ। ਇਸ ਵਾਸਤੇ ਆਪ ਪਿਆਰ ਦੇ ਨਾਲ ਦੱਸਦੇ ਹੈ ਕਿ ਫਕੀਰੀ ਕੋਈ ਛੋਟੀ ਜਿਹੀ ਗੱਲ ਨਹੀਂ ਜੀ। ਮਨ ਉਠਾਈ ਕੋਟਰੀ ਕਹਿੰਦੇ ਹੈ ਦੁਨੀਆਂ ਗੁੱਝੀ ਅੱਗ ਦੇ ਵਿੱਚ। ਗੁੱਝੀ ਅੱਗ ਕਿਹੜੀ ਹੈ? ਤ੍ਰਿਸ਼ਨਾ ਹੈ, ਇੰਦਰੀਆਂ ਦੇ ਭੋਗ ਹੈ। ਇਨਸਾਨ ਨੂੰ ਬਾਂਦਰ ਦੀ ਤਰ੍ਹਾਂ ਨਚਾਰ ਰਹੇ ਹੈ, ਵਿੱਚੇ ਵਿੱਚ ਖਤਮ ਕਰ ਰਹੇ ਹੈ। ਬਾਹਰੋਂ ਇਹਦਾ ਧੂੰਆਂ ਨਿਕਲਦਾ ਨਜ਼ਰ ਦੇ ਵਿੱਚ ਨਹੀਂ ਆਉਂਦਾ ਗਾ, ਔਰ ਬਾਹਰੋਂ ਇਹ ਚੀਜ਼ਾਂ ਸਾਨੂੰ ਆ ਕੇ ਚਿੰਬੜਦੀਆਂ ਨੇ, ਇਹ ਸਭ ਕੁਛ ਅੰਦਰੋਂ ਹੀ ਹੈ। ਔਰ ਮੇਰੇ ਉੱਤੇ ਉਸ ਪਰਮਾਤਮਾ ਨੇ ਦਇਆ ਕੀਤੀ, ਮਿਹਰ ਕੀਤੀ, ਮੈਨੂੰ ਗੁਰੂ ਦੇ ਨਾਲ ਮਿਲਾਪ ਕੀਤਾ, ਉਹ ਸਾਈ ਨੇ ਮੇਰੇ ਤੇ ਮਿਹਰ ਕੀਤੀ, ਮੈਂ ਇਸ ਗੁੱਝੀ ਅੱਗ ਤੋਂ ਬਚ ਗਿਆ ਹੈ। ਜੇ ਮੈਨੂੰ ਇਹ ਪਤਾ ਹੁੰਦਾ ਤਾਂ ਸਾਨੂੰ ਪਿਆਰ ਨਾਲ ਸਮਝਾਉਂਦੇ ਹੈ, ਕਿਉਂਕਿ ਆਪ ਤਾਂ ਆਪਦੇ ਜੀਵਨ ਨੂੰ ਸਫਲ ਕਰੀ ਬੈਠੇ ਹੈ, ਮਾਲਕ ਔਰ ਆਪ ਇੱਕ ਹੋ ਚੁੱਕੇ ਹੈ। ਤਾਂ ਸਾਨੂੰ ਉਪਦੇਸ਼ ਕਰਕੇ ਕਹਿੰਦੇ ਹੈ ਕਿ ਜੇ ਇਹ ਪਤਾ ਹੁੰਦਾ ਵੀ ਤਿਲ ਥੋੜੇ ਹੈ, ਕਿ ਸਵਾਸ ਇਹ ਜ਼ਿੰਦਗੀ ਦੇ ਵਿੱਚ ਥੋੜੇ ਹੈ, ਤੇ ਇਹਨਾਂ ਨੂੰ ਸੰਭਲ ਕੇ ਖਰਚ ਕਰਦੇ, ਪਰਮਾਤਮਾ ਦੀ ਇਹਨਾਂ ਤੋਂ ਭਗਤੀ ਕਰਾਉਂਦੇ, ਜੇ ਇਹ ਜਾਣਦੇ ਕਿ ਉਹ ਪਰਮਾਤਮਾ ਗਰੀਬਾਂ ਦਾ ਹੈ, ਮਲਜੂਮਾਂ ਦਾ ਹੈ, ਉਹ ਉਹਨਾਂ ਦਾ ਹੈ ਕਿ ਜਿਹੜੇ ਉਹਦੇ ਬਣ ਜਾਂਦੇ ਹੈ, ਤਾਂ ਮੈਂ ਇਸ ਸਰੀਰ ਦੇ ਵਿੱਚ ਆ ਕੇ ਕਿਸੇ ਵੀ ਧਨ ਪਦਾਰਥ ਦਾ, ਹਕੂਮਤ ਦਾ ਮਾਣ ਨਾ ਕਰਦਾ, ਹੰਕਾਰ ਨਾ ਕਰਦਾ। ਸਾਨੂੰ ਵੀ ਚਾਹੀਦਾ ਹੈ ਕਿ ਜੋ ਕੁਛ
ਮਹਾਤਮਾ ਬਾਣੀ ਦੇ ਵਿੱਚ ਦੱਸਦੇ ਹੈ ਕਿ ਇਹ ਜੀਵਨ ਜਿਹੜਾ ਹੈ ਇਹ ਅਮੁੱਲ ਹੈ, ਮੁੱਲ ਨੂੰ ਕੋਈ ਅੰਗ ਵੀ ਇਸਦਾ ਨਹੀਂ ਮਿਲਦਾ ਗਾ। ਆਪ ਕਹਿਣ ਲੱਗੇ ਇਹਦੇ ਵਿੱਚ ਬੈਠ ਕੇ ਜੋ ਵੀ ਸਵਾਸ ਹੁੰਦਾ ਹੈ ਉਹ ਪਰਮਾਤਮਾ ਦੇ ਲੇਖੇ ਕਿਉਂ ਨਾ ਲਾਇਆ ਜਾਵੇ। ਉੱਠਦੇ ਬਹਿੰਦੇ ਚੱਲਦੇ ਫਿਰਦੇ ਸਾਨੂੰ ਸਿਮਰਨ ਦੇ ਵਿੱਚ ਟਾਈਮ ਲਾਉਣਾ ਚਾਹੀਦਾ ਹੈ ਤਾਂ ਕਿ ਅੰਦਰੋਂ ਜੋ ਵੀ ਆਵਾਜ਼ ਆਵੇ, ਸਾਹਸ ਆਵੇ ਉਹ ਸਿਮਰਨ ਦੇ ਵਿੱਚ ਹੀ ਆਵੇ। ਸੋ ਸਾਡਾ ਹਰ ਸਾਹ ਜਿਹੜਾ ਹੈ ਉਸ ਪਰਮਾਤਮਾ ਦੇ ਲੇਖੇ ਲੱਗੇ, ਪਤਾ ਨਹੀਂ ਫੇਰ ਇਹ ਮੌਕਾ ਮਿਲੇ ਜੀਵਨ ਦਾ ਜਾਂ ਨਾ ਮਿਲੇ। ਜਾਣਾ ਸੋ ਨੰਧੜਾ